अर्जन सिंह वो सारा कोई विदेश के कहना ना कि चेची बस के कहना कहना जी करता बामणी विरुद्ध बंदूक चुक ली। अच्छा ये अर्जन सिंह ने क्या? हाँ ये बामणी विरुद्ध बंदूक चुक ली ज्ञानी जैल सिंह दो दो तरीक साई सितंबर में के साई अट्ठाई सितंबर में आए मोर्चे का की माहौल सी धर्म युद्ध मोर्चे का जो 82-83 दे विच उहदा की माहौल सीगा? इन्नी हमायत मिली सी कि इन्हां नूं जिहड़ियां जेलां स्कूलां विच जां सरकारी बिल्डिंगां विच कैंप जेलां बनाउणियां पै गईआं सन। जथेदार टौड़ा सीगे उह श्रोमणी कमेटी दे प्रधान सी, ਉਹਨਾਂ ਦੀ ਪਹੁੰਚ ਕੀ ਰਹਿੰਦੀ ਸੀ? ਉਹ ਦੋਨਾਂ ਗਰੁੱਪਾਂ ਨਾਲ ਚੱਲਦੇ ਸੀ ਜਾਂ ਕਿਵੇਂ ਸੀ ਉਹਨਾਂ ਦੀ ਪਹੁੰਚ? ਉਹਨੇ ਉਹ ਦੋਨਾਂ ਨਾਲ ਬਣਾ ਕੇ ਰੱਖਦੇ ਸੀ। ਬਣਾ ਕੇ ਰੱਖਦੇ ਸੀ ਦੋਨਾਂ ਨਾਲ। ਵੈਸੇ ਉਹ ਥੋੜ੍ਹਾ ਜਿਹਾ ਪ੍ਰੋ ਪਿੰਡਾਂ ਵਾਲਾ ਸੀ। ਪ੍ਰੋ ਪਿੰਡਾਂ ਵਾਲਾ ਸੀ ਅਤੇ ਬਾਰਡਰ 'ਤੇ ਦੇਖੋ ਉਹ ਵੈਸੇ ਉਹ ਪ੍ਰੋ ਸੰਤ ਲੌਂਗੋਵਾਲ ਸੀ ਜੀ, ਐਂਟੀ ਪਿੰਡਾਂ ਵਾਲਾ ਸੀ, ਪਿੰਡਾਂ ਵਾਲਾ ਸੀ ਕਿਉਂਕਿ ਉਹ ਖਾਲਸਾ ਅੰਦੋਲਨ ਸੀਗਾ। ਇਹਦੇ ਵਿੱਚ ਤੁਸੀਂ ਲਿਖਿਆ ਕਿ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਸੀਗੇ ਜਿਨ੍ਹਾਂ ਦਾ ਨਾ ਤਾਂ ਭਿੰਡਰਾਂ ਵਾਲਿਆਂ ਨਾਲ ਕੋਈ ਸੰਬੰਧ ਸੀ ਨਾ ਅਕਾਲੀ ਮੋਰਚੇ ਨਾਲ ਕੋਈ ਸੰਬੰਧ ਸੀ, ਉੱਥੇ ਆ ਕੇ ਉਹਨਾਂ ਨੇ ਸ਼ਰਨ ਲੈਣੀ ਸ਼ੁਰੂ ਕਰਤੀ ਸੀ। ਇਹ ਤੁਸੀਂ ਖੁਦ ਦੇਖਿਆ ਆਪਣੀਆਂ ਅੱਖਾਂ ਨਾਲ? ਪੀ ਪੀ ਐਸ ਗੱਲ ਮੇਰਾ ਸੀਨੀਅਰ ਸੀਗਾ, ਉਹ ਕਹਿੰਦਾ 3-4 ਪੱਤਰਕਾਰ ਆਏ ਨੇ ਦਿੱਲੀ ਤੋਂ, ਇਹਨਾਂ ਨੂੰ ਭਿੰਡਰਾਂ ਵਾਲਿਆਂ ਨਾਲ ਬਣਾ ਦੇ। ਇੱਕ ਤਾਂ ਉਹਨਾਂ ਨੇ ਗੋਲੀਆਂ ਦੇ ਨਿਸ਼ਾਨ ਦੇਖੇ ਜਿਹੜੇ ਕਬਜ਼ਿਆਂ ਨੇ, ਗੋਲੀਆਂ ਦੇ ਨਿਸ਼ਾਨ ਉੱਥੇ ਉਹਨਾਂ ਨੇ ਨਾ ਨਿਸ਼ਾਨ ਗੋਲਾ ਲਾ ਕੇ ਜਿਹੜੇ ਲੰਡਨ ਗਾਰਡੀਅਨ ਦੂਜੇ ਸੀ ਉਹ ਸਾਰੇ ਕਰਤੇ। ਆਪਣੇ ਸਾਥੀਆਂ ਨੂੰ ਕਿਹਾ ਹਥਿਆਰ ਸਰਕਾਰ ਤੁਹਾਨੂੰ ਹਥਿਆਰ ਸਰੈਂਡਰ ਕਰਨ ਵਾਸਤੇ ਕਹੇਗੀ, ਸਿੰਘੋ ਅਸੀਂ ਹਥਿਆਰ ਨਹੀਂ ਸਰੈਂਡਰ ਕਰਨੇ, ਅਸੀਂ ਸਰੈਂਡਰ ਨਹੀਂ ਕਰਨਾ ਅਤੇ ਅਸੀਂ ਲੜਾਂਗੇ। ਜੈਨੀ ਸਾਹਿਬ ਸਿੰਘ ਨੇ ਮੈਨੂੰ ਦੱਸਿਆ ਬੂਟਾ ਨੇ ਵਿਚਾਰ ਨਹੀਂ ਵਿੱਚ ਆਪਣੀ ਵਰਦੀ ਦੇ ਵਿੱਚ ਸੀਗੇ ਅਤੇ ਆਪਣੇ ਸਿਗਰਾਂ ਸੂਟਾਂ ਹੀ ਪੀਂਦੇ ਰਹਿੰਦੇ ਸੀ। ਲਾਹੌਰ ਆਲਮ ਐਸ ਐਸ ਪੀ ਸੀਗਾ ਅੰਮ੍ਰਿਤਸਰ ਦਾ, ਉਹਨੇ ਠੀਕ ਐਨਕਾਊਂਟਰ ਉਹਨੇ ਸ਼ੁਰੂ ਕੀਤੇ ਸੀ। ਤੁਹਾਨੂੰ ਵੀ ਜਿਹੜੇ ਖਾੜਕੂ ਸੀਗੇ ਉਹ ਮਾਰਨ ਆ ਗਏ ਸੀ, ਉਹ ਕੀ ਘਟਨਾ ਸੀ? ਤੁਸੀਂ ਆਪਣੀ ਕਿਤਾਬ 'ਚ ਲਿਖਿਆ ਕਿ ਇਹ ਜਦੋਂ ਦੇਵਗੌੜਾ ਦੀ ਗੌਰਮੈਂਟ ਆਈ ਸੀਗੀ ਉਦੋਂ ਮਤਲਬ ਕਿ ਕੁਛ ਖਾੜਕੂਆਂ ਨੇ ਸਰੈਂਡਰ ਦੀ ਪੇਸ਼ਕਸ਼ ਕੀਤੀ ਸੀ, ਤੁਹਾਨੂੰ ਪਾਕਿਸਤਾਨ ਤੋਂ ਫੋਨ ਆਇਆ ਸੀ, ਉਹ ਕੀ ਕਹਾਣੀ ਸੀ, ਕੌਣ ਸੀ ਖਾੜਕੂ? ਉਹਨਾਂ ਨੂੰ ਮੈਂ ਲਾਹੌਰ ਦੇ ਲਖਪਤ ਜੇਲ੍ਹ ਵਿੱਚ ਵੀ ਮਿਲਿਆ। ਅੱਛਾ ਜੀ। ਮੈਂ ਇਕੱਲਾ ਬੰਦਾ ਜਿਹੜਾ ਉਹਨਾਂ ਨੂੰ ਜੇਲ੍ਹ ਵਿੱਚ ਮਿਲਿਆ। ਜੇ ਅਕਾਲੀ ਦਲ ਬਾਈਕਾਟ ਨਾ ਕਰਦੇ ਤਾਂ ਬੇਅੰਤ ਸਿੰਘ ਨਹੀਂ ਸੀ ਸਰਕਾਰ ਬਣਾ ਸਕਦੀ। ਤੁਸੀਂ ਇਹ ਵੀ ਲਿਖਿਆ ਕਿ ਬੇਅੰਤ ਸਿੰਘ ਖਾੜਕੂ ਨਾਲ ਗੱਲ ਕਰਨੀ ਚਾਹੁੰਦੇ ਸੀ। ਹਾਂ, ਕਰਨੀ ਚਾਹੁੰਦੇ ਸੀ। ਤੁਸੀਂ ਇੰਨੇ ਸਾਲ ਪੱਤਰਕਾਰੀ ਕੀਤੀ ਹੈ, ਇੰਨਾ ਟਾਈਮ ਲਾਇਆ, ਕੌਨਫਲਿਕਟ ਦੇ ਟਾਈਮ ਵੀ ਪੱਤਰਕਾਰੀ ਕੀਤੀ ਹੈ, ਤਾਂ ਤੁਸੀਂ ਕੀ ਸਬਕ ਕੱਢਦੇ ਹੋ ਜਿਹੜੇ ਨਵੇਂ ਪੱਤਰਕਾਰ ਨੇ ਹੁਣ ਅੱਜ ਦੀਆਂ ਹਾਲਤਾਂ 'ਚ ਕੰਮ ਕਰ ਰਹੇ ਨੇ, ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੋਗੇ, ਮਸ਼ਵਰਾ ਕੀ ਦੇਣਾ ਚਾਹੋਗੇ? ਤਾਂ ਹੁਣ ਤੁਸੀਂ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਪੰਜਾਬ ਤੇ ਬਰਬਾਦ ਆ ਹੁਣ। ਐਨਜ਼ੈੱਡ ਪੰਜਾਬੀ ਨਿਊਜ਼ 'ਤੇ ਤੁਹਾਡਾ ਸਵਾਗਤ ਹੈ, ਮੈਂ ਗੁਰਸ਼ਮਸ਼ੀਰ ਸਿੰਘ। ਜ਼ਖਮ ਜੋ ਅਜੇ ਵੀ ਅੱਲੇ ਨੇ, 37 ਸਾਲ ਮੁਕੰਮਲ ਹੋ ਗਏ ਨੇ ਸਾਕਾ ਨੀਲਾ ਤਾਰਾ ਹੋਏ ਨੂੰ, ਅਸੀਂ ਉਸ ਦੇ ਮੌਕੇ 'ਤੇ ਇੱਕ ਵਿਸ਼ੇਸ਼ ਲੜੀ ਤੁਹਾਡੇ ਨਾਲ ਚਲਾ ਰਹੇ ਹਾਂ। ਉਸ ਲੜੀ ਦੇ ਇੱਕ ਅਗਲੇ ਐਪੀਸੋਡ ਦੇ ਨਾਲ ਤੁਹਾਨੂੰ ਫਿਰ ਮੁਖਾਤਬ ਹਾਂ। ਅੱਜ ਸਾਡੇ ਨਾਲ ਅਹਿਮ ਸ਼ਖਸੀਅਤ ਨੇ ਪੱਤਰਕਾਰ ਹਰਵੀਰ ਸਿੰਘ ਭੰਵਰ। ਹਰਵੀਰ ਸਿੰਘ ਭੰਵਰ ਪੰਜਾਬ ਦੇ ਉਹ ਸਰਕਰਦਾ ਨਾਮਾ ਨਿਗਾਰ ਰਹੇ ਨੇ ਜਿਨ੍ਹਾਂ ਨੇ ਸਾਲ 1979 ਤੋਂ ਲੈ ਕੇ ਲਗਾਤਾਰ ਅੰਮ੍ਰਿਤਸਰ ਦੇ ਜਿਹੜੇ ਉਹ ਦਿਨ ਸੀਗੇ ਉੱਥੋਂ ਰਿਪੋਰਟ ਕੀਤਾ ਅਤੇ ਲਗਾਤਾਰ ਆਪਣੀ ਲਾਈਫ ਦੇ ਬਹੁਤੇ ਸਮੇਂ ਦੇ ਵਿੱਚ ਉਹ ਬਤੌਰ ਪੱਤਰਕਾਰ UNI ਦੇ ਵੱਲੋਂ ਅੰਮ੍ਰਿਤਸਰ ਤਾਇਨਾਤ ਰਹੇ ਨੇ। ਅਤੇ ਜਦੋਂ ਧਰਮਯੁੱਧ ਮੋਰਚੇ ਦਾ ਸਮਾਂ ਸੀ, ਓਪਰੇਸ਼ਨ ਬਲੂ ਸਟਾਰ ਦਾ ਸਮਾਂ ਸੀ ਜਾਂ ਉਸ ਤੋਂ ਬਾਅਦ ਦਾ ਜਿਹੜਾ ਸਾਰਾ ਸਮਾਂ ਸੀ, ਬਹੁਤਾ ਸਮਾਂ ਜਿਹੜਾ ਹੈਗਾ ਉਹਨਾਂ ਨੇ ਅੰਮ੍ਰਿਤਸਰ ਦੇ ਉੱਤੋਂ ਰਿਪੋਰਟ ਕੀਤਾ, ਤਾਂ ਉਹਨਾਂ ਨੇ ਆਪਣੇ ਤਜ਼ਰਬੇ ਨੂੰ ਦੱਸਦਿਆਂ ਜਿਹੜੀਆਂ ਕਿਤਾਬਾਂ ਨੇ ਉਸ ਸਮੇਂ ਨੂੰ ਦੱਸਣ ਵਾਲੀਆਂ, ਉਹ ਸਭ ਤੋਂ ਜਿਹੜੀ ਉਹਨਾਂ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ ਡਾਇਰੀ ਦੇ ਪੰਨੇ। ਡਾਇਰੀ ਦੇ ਪੰਨੇ ਇਹਨਾਂ ਦੀ ਇੱਕ ਨਿੱਜੀ ਡਾਇਰੀ ਦੇ ਵਿੱਚੋਂ ਇਹ ਜਿਹੜੇ ਇਹਨਾਂ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ ਜ ਇਹਨਾਂ ਇਹਨਾਂ ਨੇ ਆਪਣੀ ਕਿਤਾਬ 'ਚ ਵੀ ਜ਼ਿਕਰ ਕੀਤਾ ਕਿ ਇਹਨਾਂ ਨੂੰ ਡਾਇਰੀ
ਲਿਖਣ ਦੀ ਜਿਹੜੀ ਆਦਤ ਸੀ ਉਹ ਡਾਇਰੀ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬਾਅਦ 'ਚੋਂ ਇੱਕ ਕਿਤਾਬ ਦਾ ਰੂਪ ਅਖਤਿਆਰ ਕਰ ਜਾਏਗੀ ਅਤੇ ਇੰਨੀ ਜ਼ਿਆਦਾ ਮਕਬੂਲ ਹੋਏਗੀ। ਉਸ ਵੇਲੇ ਜਿਹੜੀ ਅਜੀਤ ਅਖਬਾਰ ਸੀ ਪੰਜਾਬੀ ਦੀ ਉਸ ਨੇ ਇਸ ਨੂੰ ਲੜੀਵਾਰ ਤੌਰ 'ਤੇ ਛਾਪਿਆ ਸੀ ਅਤੇ ਦੂਸਰੀ ਕਿਤਾਬ ਉਸ ਵੇਲੇ ਦੀ ਪੱਤਰਕਾਰੀ ਨੂੰ ਮੁਖਾਤਿਬ ਹੁੰਦੀ ਹੋਈ ਤੀਜਾ ਘੱਲੂਘਾਰਾ ਕਾਲੇ ਦਿਨ ਲਹੂ ਭਿੱਜੀ ਪੱਤਰਕਾਰੀ ਇਹ ਜਿਹੜੀ ਇਹਨਾਂ ਦੀ ਕਿਤਾਬ ਹੈ। ਤੋ ਇਹ ਦੋ ਕਿਤਾਬਾਂ ਨੇ ਇਸ ਤੋਂ ਬਿਨਾਂ ਇਹਨਾਂ ਨੇ ਕਿਤਾਬਾਂ ਧਰਮਯੁੱਧ ਮੋਰਚੇ ਦੇ ਉੱਤੇ ਲਿਖੀਆਂ ਨੇ ਅਤੇ 1984 ਤੋਂ ਬਾਅਦ ਸਿੱਖ ਵਿਸ਼ੇ ਦੇ ਉੱਤੇ ਕਿਤਾਬ ਲਿਖ ਚੁੱਕੇ ਨੇ ਅਤੇ ਆਪਣੀਆਂ ਜੋ ਉਸ ਸਮੇਂ ਦੇ ਤਜ਼ਰਬੇ ਨੇ ਆਪਾਂ ਇਹਨਾਂ ਤੋਂ ਅੱਜ ਜਾਣਾਂਗੇ ਕਿ ਇਹਨਾਂ ਦੇ ਤਜ਼ਰਬੇ ਦੇ ਵਿੱਚੋਂ ਉਹ ਚੀਜ਼ਾਂ ਹੋ ਕੇ ਕਿੱਦਾਂ ਗੁਜ਼ਰੀਆਂ ਨੇ, ਅੱਜ ਪੰਜਾਬ ਨੂੰ ਅਤੇ ਸਿੱਖ ਸਮਾਜ ਨੂੰ ਇਹ ਕਿੱਥੇ ਖੜ੍ਹਾ ਦੇਖਦੇ ਨੇ, ਅੱਜ ਅਜੋਕੇ ਸਮੇਂ ਦੀ ਜਿਹੜੀ ਪੰਜਾਬੀ ਪੱਤਰਕਾਰੀ ਹੈ ਉਸ ਨੂੰ ਇਹ ਕਿੱਥੇ ਖੜ੍ਹਾ ਦੇਖਦੇ ਨੇ, ਆਪਾਂ ਸਾਰੇ ਨੁਕਤਿਆਂ 'ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡਾ। ਸਰ 37 ਵਰੇ ਹੋ ਗਏ ਨੇ, ਤੁਹਾਡੀਆਂ ਤਾਂ ਅੱਖਾਂ 'ਚੋਂ ਸਾਰਾ ਕੁਛ ਗੁਜ਼ਰਿਆ, ਤਾਂ ਕਿੱਦਾਂ ਦੇਖਦੇ ਹੋ 37 ਸਾਲਾਂ ਨੂੰ? 37 ਸਾਲ ਤਾਂ ਮੈਨੂੰ ਇੱਦਾਂ ਹੀ ਲੱਗਦਾ, ਮੈਂ ਕੱਲ੍ਹ ਦੀ ਗੱਲ ਹੈ, ਸਾਰਾ ਕੁਛ ਦੇਖਿਆ ਮੈਂ। ਧਰਮਯੁੱਧ ਮੋਰਚਾ ਸਰ ਜਿਹੜਾ, ਇੱਕ ਤਾਂ ਮੈਨੂੰ ਡਾਇਰੀ 'ਤੇ ਲਿਖਣ ਦੀ ਇੱਦਾਂ ਹੀ ਸ਼ੌਕ ਸੀਗਾ ਜੀ। ਸ਼ੁਰੂ ਤੋਂ ਮੇਰੇ 'ਤੇ ਗੁਰਬਖਸ਼ ਸਿੰਘ ਪੀਟੜੀ ਦਾ ਪ੍ਰਭਾਵ ਹੈ ਮੇਰੀ ਜ਼ਿੰਦਗੀ 'ਤੇ ਜੀ, ਉਸ ਕਰਕੇ ਮੈਂ ਡਾਇਰੀ ਲਿਖਦਾ ਸੀ। ਕੁਲਦੀਪ ਨਈਅਰ ਮੇਰੇ ਅਧਿਆਪਕ ਰਹੇ ਨੇ ਪੰਜਾਬੀ ਪੱਤਰਕਾਰੀ ਦੇ ਜੀ। ਉਹ ਜਦੋਂ ਇਹਨਾਂ ਦਿਨਾਂ 'ਚ ਜਦੋਂ ਮੋਰਚਾ ਧਰਮਯੁੱਧ ਮੋਰਚਾ ਚੱਲਦਾ ਸੀ ਉਹ ਅੰਮ੍ਰਿਤਸਰ ਆਏ ਅਤੇ ਮੈਨੂੰ ਕਹਿੰਦੇ ਨਾ, ਮੈਨੂੰ ਮਿਲੇ, ਮਿਲਣਾ ਸੀ, ਮੈਨੂੰ ਮਿਲਣਾ ਸੀ ਉਹਨਾਂ ਨਾਲ। ਮੈਨੂੰ ਕਹੇ ਤੂੰ ਉਹਨਾਂ ਦੀ ਡਾਇਰੀ ਦੀ ਰੋਜ਼ ਡਾਇਰੀ ਲਿਖ ਰਹੀ ਸੀ ਮੋਰਚੇ ਦੀ, ਮੈਂ ਕਿਤਾਬ ਛਾਪਾਂਗਾ। ਅੱਛਾ, ਮੈਂ ਡਾਇਰੀ ਲਿਖਦਾ ਰਿਹਾ ਜੀ। ਉਹ ਫਿਰ ਮੇਰੀ ਰਿਹਾਇਸ਼ ਸੀਗੀ, ਉਦੋਂ ਮੈਂ ਸ਼੍ਰੋਮਣੀ ਕਮੇਟੀ ਨਾਲ ਵੀ ਕੰਮ ਸੀ, ਟ੍ਰਿਬਿਊਨ ਵਿੱਚ ਆ ਗਿਆ ਸੀਗਾ ਅਤੇ ਟ੍ਰਿਬਿਊਨ ਵਿੱਚ ਮੈਂ ਸੰਤ ਲੌਂਗੋਵਾਲ ਦੀ ਜੀਵਨੀ ਲਿਖ ਰਿਹਾ ਸੀ। ਉਸ ਕਰਕੇ ਮੈਨੂੰ ਉਹਨਾਂ ਨੇ ਰਿਹਾਇਸ਼ ਦਰਬਾਰ ਸਾਹਿਬ ਦੇ ਵਿੱਚ, ਜਿਹੜਾ ਦਰਬਾਰ ਸਾਹਿਬ ਮੇਨ ਐਂਟਰੈਂਸ ਹੈ ਪੰਜਾਬ ਸਿੰਘ ਬੈਂਕ ਦੇ ਉੱਪਰਲੀ ਉੱਪਰਲਾ ਸਾਈਡ ਮੇਰੇ ਕੋਲ ਸੀ ਜੀ, ਅਤੇ ਉਹਦੇ ਵਿੱਚ ਸੀ। ਅਤੇ ਮੈਨੂੰ ਉਹ ਜਿਹੜਾ ਜਦੋਂ ਬਲੂ ਸਟਾਰ ਦੌਰਾਨ ਉਹ ਲੁੱਟਿਆ ਗਿਆ, ਕੋਈ ਲੁੱਟਿਆ ਫੌਜੀਆਂ ਨੇ ਲੁੱਟਿਆ, ਕੁਝ ਜਿਹੜੇ ਸਫਾਈ ਕਰਨ ਗਏ ਮਜ਼ਦੂਰ ਨਗਰ ਨਿਗਮ ਦੇ ਸਫਾਈ ਕਰਮਚਾਰੀ ਨੇ ਜੀ, ਉਹਨਾਂ ਨੇ ਲੁੱਟ ਲਿਆ ਸਾਰਾ ਮੇਰਾ ਲੁੱਟਿਆ, ਮੇਰੀ ਡਾਇਰੀ ਉਹ ਵੀ ਡਾਇਰੀਆਂ ਲੁੱਟੀਆਂ ਗਈਆਂ ਨੇ। ਜੋ ਤੁਹਾਡੀ ਨੋਟਿੰਗ ਸੀਗੀ? ਡਾਇਰੀਆਂ ਸੀ 3-4। ਅੱਛਾ ਜੀ। ਉਹ ਲੁੱਟੀਆਂ ਗਈਆਂ। ਓਕੇ। ਅਤੇ ਉਹ ਲੁੱਟੀਆਂ ਗਈਆਂ ਅਤੇ ਪਰ ਮੈਂ ਜਿਹੜਾ ਆਪ ਜਿਹੜਾ ਮੰਮਾ ਉਹਨੂੰ ਜਦੋਂ ਇਹ ਹੋਈ ਹੈਗੀ ਆ ਨਾ, ਆਹ ਫੌਜ ਨੇ ਘੇਰਾ ਪਾਇਆ 2 ਤਰੀਕ ਨੂੰ, ਅਤੇ ਉਹ ਮੈਨੂੰ ਦੋ ਤਿੰਨ ਦੋਸਤਾਂ ਦਾ ਉੱਪਰ ਉੱਥੇ ਲਈ ਫੋਨ ਆ ਗਿਆ ਵੀ ਸ਼ਾਇਦ ਰਾਤ ਨੂੰ ਪੁਲਿਸ ਕੋ ਐਕਸ਼ਨ ਆਰਮੀ ਐਕਸ਼ਨ ਕਰੇਗੀ, ਤੂੰ ਬਾਹਰ ਨਿਕਲਿਆ। ਮੈਂ ਘਬਰਾਹਟ ਦੇ ਵਿੱਚ ਕੋਈ ਕੱਪੜੇ ਵੀ ਨਹੀਂ ਲੈ ਸਕਿਆ, ਜਿਹੜਾ ਕਮੀਜ਼ ਪਾਇਆ ਸੀ ਉਹੀ ਲਿਆ, ਲੈ ਕੇ ਚਲਾ ਗਿਆ। ਅਤੇ ਕਾਗਜ਼ ਪੱਤਰ ਵੀ ਕੋਈ ਡਾਇਰੀ ਡਿਊਰੀ ਨਹੀਂ, ਕਾਗਜ਼ ਪੱਤਰ। ਫਿਰ ਮੈਂ ਆਪਣੇ ਦੋਸਤ ਕੋਲ, ਮੇਰਾ ਦੋਸਤ ਸੀ ਇੱਕ ਕੇਸ ਤੋਂ, ਉਹਦੇ ਕੋਲ ਉਹ ਛੜਾ ਜਾਣ ਸੀਗਾ, ਪੱਤਰਕਾਰ ਸੀਗਾ, ਉਹਦਾ ਘਰ ਵੱਡਾ ਸੀਗਾ, ਉਹਦੇ ਕੋਲ ਰਿਹਾ ਅਤੇ ਮੈਂ ਡਾਇਰੀ ਰੋਜ਼ ਲਿਖਦਾ ਰਿਹਾ, ਜਿਹੜੀ ਡਾਇਰੀ ਕੀ ਜੋ ਸਾਹਮਣੇ। ਤਾਂ ਜਿਵੇਂ ਤੁਸੀਂ ਦੱਸਿਆ ਕਿ ਮੋਰਚੇ ਦੀ ਤੁਸੀਂ ਡਾਇਰੀ ਲਿਖਦੇ ਸੀ, ਤਾਂ ਮੋਰਚੇ ਦਾ ਕੀ ਮਾਹੌਲ ਸੀ ਧਰਮਯੁੱਧ ਮੋਰਚੇ ਦਾ ਜਦੋਂ 82-83 ਦੇ ਵਿੱਚ, ਉਹਦਾ ਕੀ ਮਾਹੌਲ ਸੀਗਾ? ਨਹੀਂ, ਮੋਰਚੇ ਨੂੰ ਬਹੁਤ, ਜਿਵੇਂ ਅੱਜ ਕਿਸਾਨ ਮੋਰਚੇ ਨੂੰ ਬੜੀ ਹਾਂ ਹਿਮਾਇਤ ਮਿਲੀ ਆ ਸਾਰੇ ਪਾਸੇ, ਪੰਜਾਬ ਸਾਰੇ ਪੰਜਾਬੀਆਂ ਤੋਂ ਮਿਲਿਆ, ਇਹ ਸਿਰਫ ਸਮੂਹ ਪੰਜਾਬੀਆਂ ਤੋਂ ਹਿਮਾਇਤ ਮਿਲੀ ਸੀ ਧਰਮਯੁੱਧ ਮੋਰਚੇ ਨੂੰ। ਧਰਮਯੁੱਧ ਮੋਰਚੇ ਨੂੰ ਇੰਨੀ ਹਿਮਾਇਤ ਮਿਲੀ ਸੀ ਕਿ ਇਹਨਾਂ ਨੂੰ ਜਿਹੜੀਆਂ ਜੇਲ੍ਹਾਂ ਸਕੂਲਾਂ ਵਿੱਚ ਜਾਂ ਸਰਕਾਰੀ ਬਿਲਡਿੰਗਾਂ ਵਿੱਚ ਕੈਂਪ ਜੇਲ੍ਹਾਂ ਬਣਾਉਣੀਆਂ ਪੈ ਗਈਆਂ ਸਨ ਜੀ, ਅਤੇ ਉਹ ਅਸੀਂ ਜਾਂਦੇ ਮਿਲਦੇ ਰਹੇ, ਫਿਰ ਜਾਂਦੇ ਰਹੇ, ਉਹ ਜੇਲ੍ਹਾਂ ਇੰਨੀਆਂ ਬਣੀਆਂ ਸੀਗੀਆਂ। ਤਾਂ ਉਹਦੇ ਵਿੱਚ ਜਿਹੜਾ ਅਕਾਲੀ ਦਲ ਸੀ ਅਤੇ ਜਿਹੜੀ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਸੀ, ਉਹਨਾਂ ਦਾ ਆਪਸ 'ਚ ਤਾਲਮੇਲ ਜਾਂ ਟਸਲ ਕੀ ਸੀ? ਨਹੀਂ, ਉਹਨਾਂ ਦੇ ਪਹਿਲਾਂ ਆਪਸ 'ਚ ਬੜੇ ਮਿਲਦੇ ਸੀਗੇ ਜੀ ਜੀ, ਦੋਨਾਂ ਦੀ ਸੁਲਾ ਸੀ, ਏਕਤਾ ਸੀ ਪਹਿਲਾਂ ਦੋਨਾਂ ਦੀ। ਜਦੋਂ ਦੇਖੋ ਸੰਤ ਭਿੰਡਰਾਂ ਵਾਲੇ ਨੂੰ ਇਹਦੇ 'ਚ ਲਾਲਾ ਜਗਤ ਰਾਣ ਕੇਸ ਵਿੱਚ ਫੜਿਆ ਗਿਆ, ਇਹ
अकाली दल ने ओहदे वास्ते लड़ाई लड़ी ते उन रिहाई वास्ते ते ओ उन्हूं छड़ाया ते बाकी जिहड़ा हैगा चंगी सी पिछों फिर इन्हां दी भाई रणजीत सिंह दे इशू दे उत्ते इन्हां दी अणबण होई जिहड़े जिन्हां ने ओ निरंकारी दा कतल कीता सी ते की इशू की हो गया सी इशू हो गया भी ओह भाई रणजीत सिंह उन्हूं शक पै गया सी कि भाई रणजीत सिंह दे नाल जिहड़ा भाई रणजीत सिंह नूं हथियार लै के दित्ता सी ने संत पिंडां वालिआं ने भाई ज्ञान सिंह सी सीगा ਗਤਕਾ ਮਾਸਟਰ ਜੀ ਉਸ ਤੋਂ ਲੈ ਕੇ ਦਿੱਤਾ ਸੀਗਾ ਅਤੇ ਉਹਨੂੰ ਰਣਜੀਤ ਸਿੰਘ ਅੰਡਰਗਰਾਊਂਡ ਹੋ ਗਿਆ ਅਤੇ ਇਹ ਉਹ ਇਹਦੇ ਕੋਲ ਪਿੱਛੋਂ ਆ ਗਿਆ ਜਿਹੜਾ ਹੈਗਾ ਭਾਈ ਗਿਆਨ ਸਿੰਘ ਪਿੰਡਾਂ ਵਾਲੇ ਦੇ ਗਰੁੱਪ ਵਿੱਚ ਆ ਗਿਆ ਅੱਛਾ ਜੀ ਉਸ ਨੂੰ ਇਹਦੇ ਬੰਦਿਆਂ ਨੇ ਮਰਵਾ ਦਿੱਤਾ ਅੱਛਾ ਜੀ ਅਤੇ ਇਹ ਸੰਤ ਰਾਮਪਾਲ ਪਿੰਡ ਵਾਲਾ ਕਹਿੰਦੇ ਸੀ ਵੀ ਜਿਹੜਾ ਜਿਹਨੇ ਇਹਨੂੰ ਮਾਰਿਆ ਨਾ ਨਿਰੰਕਾਰੀ ਨੂੰ ਉਹਨੂੰ ਮੈਂ ਸੋਨੇ ਨਾਲ ਤੋੜ ਲਵਾਂਗਾ ਉਹ ਵੀ ਮੈਨੂੰ ਜਦੋਂ ਪਤਾ ਲੱਗਿਆ ਵੀ ਗਿਆਨ ਸਿੰਘ ਨੂੰ ਉਹਨੇ ਮਰਵਾ ਤਾ ਇਹ ਕਹਿੰਦੇ ਜੇ ਮੈਂ ਮਰ ਗਿਆ ਉੱਧਰ ਤਾਂ ਮੇਰੀ ਤਾਂ ਜੀਰੋ ਕੀਮਤ ਲੜਾਈ ਕੀਮਤ ਹੋਏਗੀ ਇਹ ਸੰਤ ਲੰਗੋਵਾਲ ਆ ਗਿਆ ਉਸ ਗੱਲ ਤੋਂ ਸੰਤ ਲੰਗੋਵਾਲ ਨੇ ਉਹਨੂੰ ਸ਼ਰਨ ਦਿੱਤੀ ਉਹਦੀ ਮਦਦ ਕੀਤੀ ਅਤੇ ਜਿਹੜੇ ਭਾਈ ਰਣਜੀਤ ਸਿੰਘ ਸੀਗੇ ਫਿਰ ਉਹ ਸੰਤਾਂ ਦੇ ਕਿਸਮ ਨਾਲ ਖਿਲਾਫ ਹੋ ਗਏ ਪਿੰਡਾਂ ਵਾਲੇ ਸੰਤਾਂ ਦੇ ਖਿਲਾਫ ਹੋ ਗਏ ਉਹ ਨਹੀਂ ਉਹਦੇ ਖਿਲਾਫ ਨਹੀਂ ਉਹ ਪਿੰਡਾਂ ਵਾਲਾ ਉਹਦੇ ਸੰਤ ਪਿੰਡ ਲੌਂਗੋਵਾਲ ਦੇ ਖਿਲਾਫ ਹੋ ਗਿਆ ਹਾਂਜੀ ਨਹੀਂ ਮਤਲਬ ਕਿ ਗਿਆਨ ਸਿੰਘ ਨੂੰ ਪਿੰਡਾਂ ਵਾਲੇ ਦੇ ਬੰਦਿਆਂ ਨੇ ਮਾਰਿਆ ਸੀ ਜਾਂ ਲੌਂਗੋਵਾਲ ਦੇ ਬੰਦਿਆਂ ਨੇ ਮਾਰਿਆ ਪਿੰਡਾਂ ਵਾਲਿਆਂ ਦੇ ਬੰਦਿਆਂ ਨੇ ਉਹਦੇ ਬੰਦਿਆਂ ਨੇ ਕਿਸੇ ਨੇ ਕਿਸੇ ਕੋਲ ਗਿਆ ਸੀਗਾ ਮਰਵਾਤਾ ਉਹਨਾਂ ਨੂੰ ਮਰਵਾਤਾ ਸੀ ਇਸ ਗੱਲ ਦਾ ਇਤਰਾਜ਼ ਕੀਤਾ ਸੀ ਲੌਂਗੋਵਾਲ ਨੇ ਨਹੀਂ ਪਿੰਡਾਂ ਵਾਲੇ ਰਣਜੀਤ ਸਿੰਘ ਨੇ ਠੀਕ ਹੈ ਤਾਂ ਫਿਰ ਉਹਨੂੰ ਪਤਾ ਲੱਗ ਗਿਆ ਤਾਂ ਉਹਨੂੰ ਕਿਹਾ ਮੈਨੂੰ ਮਰਵਾ ਦੇਣਗੇ ਜੇ ਮੈਨੂੰ ਮਰਵਾ ਤਾ ਮੇਰੀ ਤਾਂ ਜੀਰੋ ਦੀ ਬਿੱਟੀ ਮੈਂ ਮੇਰੀ ਜਿਹੜੀ ਜੀਰੋ ਦੀ ਕੀਮਤ ਹੋ ਜਾਏਗੀ ਮੈਨੂੰ ਕਿਸੇ ਨੇ ਪੁੱਛਣਾ ਮੈਨੂੰ ਕਿਸੇ ਨੇ ਫਿਰ ਉਸ ਥਾਂ ਤੇ ਲੌਂਗੋਵਾਲ ਜਿਹੜਾ ਸੋਨੇ ਨਾਲ ਉਹ ਸੋਨੇ ਨਾਲ ਤੋਲਣ ਦੀ ਗੱਲ ਸੀਗੀ ਉਹ ਕਦੇ ਫਿਰ ਤੋਲਿਆ ਗਿਆ ਜਾਂ ਉਹ ਵਾਪਸ ਗਏ ਕਦੇ ਉਹਨਾਂ ਨੂੰ ਮਿਲੇ ਨਹੀਂ ਫਿਰ ਉਹ ਥਾਂ ਤੇ ਲੌਂਗੋਵਾਲ ਆ ਗਿਆ ਪਿੱਛੋਂ ਫਿਰ ਉਹਨੇ ਸਰੈਂਡਰ ਕਰਤਾ ਸੀ ਬੀ ਆਈ ਉਹਨੇ ਕਿਹਾ ਜੀ ਮੈਨੂੰ ਫਾਂਸੀ ਵੀ ਮੈਂ ਲਾ ਕੇ ਸਿੱਖਾਂ ਦੇ ਸ਼ਹੀਦਾਂ ਬਣ ਕਹਿਣਾ ਚਾਹੁੰਦਾ ਉਹਨੇ ਸਰੈਂਡਰ ਕਰਤਾ ਠੀਕ ਹੈ ਉਹ ਗ੍ਰਿਫਤਾਰ ਨਹੀਂ ਸੀ ਹੋਏ ਸਰੈਂਡਰ ਕੀਤਾ ਸੀ ਉਹਨਾਂ ਨੇ ਸਰੈਂਡਰ ਕਰਤਾ ਉਹ ਕੋਈ ਉਹ ਗੱਲ ਵੱਖਰੀ ਕੋਈ ਗ੍ਰਿਫਤਾਰ ਹੋ ਗਏ ਕਿ ਸਰੈਂਡਰ ਕਰਤਾ ਠੀਕ ਹੈ ਇਹ ਮੈਨੂੰ ਪੂਰਾ ਨਹੀਂ ਪਤਾ ਐਸਾ ਅਸਲੀਅਤ ਕੀ ਹੈਗੀ ਆ ਜੀ ਅਤੇ ਇਹਨਾਂ ਦੇ ਸੰਤ ਲੌਂਗੋਵਾਲ ਦੇ ਵਿੱਚ ਪਿੰਡ ਵਾਲੇ ਇਸ ਗੱਲ 'ਤੇ ਰਿਫਟ ਹੋ ਗਈ ਰਿਫਟ ਤਾਂ ਜਦੋਂ ਉੱਥੇ ਕੋਈ ਤੁਸੀਂ ਮਿਸਾਲ ਦੇ ਸਕਦੇ ਹੋ ਫਿਰ ਉਹ ਰਿਫਟ ਦੇ ਪ੍ਰਗਟਾਵੇ ਕਿਵੇਂ ਹੁੰਦੇ ਸੀ ਪਹੁੰਚ ਪ੍ਰਗਟਾਵੇ ਦੇ ਫਿਰ ਇਹ ਆ ਵੀ ਜਿਹੜੇ ਨਾ ਸੰਤ ਲੌਂਗੋਵਾਲ ਨੇ ਵੀ ਆਪਣਾ ਗਰੁੱਪ ਬਣਾਉਣਾ ਜਿਹੜੇ ਖਾੜਕੂ ਗਰੁੱਪ ਸੀ ਬੱਬਰ ਖਾਲਸਾ ਨੂੰ ਇਹਨਾਂ ਨੇ ਸਪੋਰਟ ਕਰਨਾ ਸ਼ੁਰੂ ਕਰ ਜੀ ਬੱਬਰ ਖਾਲਸਾ ਨਾਲ ਫਿਰ ਪਿੰਡ ਵਾਲਿਆਂ ਦੀ ਟਸਲ ਹੋਣੀ ਸ਼ੁਰੂ ਟਸਲ ਹੋਣ ਲੱਗ ਗਈ ਸੰਤ ਪਿੰਡ ਵਾਲੇ ਪਹਿਲਾਂ ਨਾਨਕ ਨਿਵਾਸ 'ਚ ਰਹਿੰਦੇ ਸੀ ਅਤੇ ਦਸੰਬਰ 1983 ਦੇ ਵਿੱਚ ਪਤਾ ਨਹੀਂ 6 ਦਸੰਬਰ ਆ ਕੇ 6 ਦਿਨ ਲੱਗ ਗਏ ਬਸ ਉਹ ਵੀ ਫਿਰ ਇਹ ਉਹਦੇ 'ਚ ਚਲੇ ਗਏ ਅਕਾਲ ਤਖ਼ਤ 'ਤੇ ਅਕਾਲ ਤਖ਼ਤ 'ਤੇ ਚਲੇ ਅਤੇ ਬੱਬਰਾਂ ਤੋਂ ਜਿਹੜਾ ਲੜਾਈ ਝਗੜਾ ਹੁੰਦਾ ਸੀ ਬੱਬਰਾਂ ਨਾਲ ਉਹਦੀ ਵਜ੍ਹਾ ਕਰਕੇ ਗਏ ਲੜਾਈ ਝਗੜਾ ਹੁਣ ਡਰ ਗਿਆ ਜੀ ਵੈਸੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਪਤਾ ਲੱਗਿਆ ਨਾ ਟੋੜੇ ਜਿੱਥੇ ਦਾ ਟੋੜਾ ਨੂੰ ਟੋੜਾ ਨੇ ਕਿਹਾ ਤੂੰ ਉੱਥੇ ਉੱਥੇ ਚਲਾ ਗਿਆ ਫਿਰ ਦਿਨੇ ਫੇਰੇ ਉਹ ਨਾਨਕੇ ਨਿਵਾਸੀ ਗਏ ਲੰਗਰ ਗੁਰੂ ਰਾਮਦਾਸ ਦੇ ਭੱਜਣੇ ਰਹਿੰਦੇ ਸੀ ਅਤੇ ਰਾਤ ਨੂੰ ਉੱਥੇ ਵੀ ਸੀ ਰਹਿੰਦੇ ਸੀ ਇਹਦੇ ਵਿੱਚ ਜੀ ਅਕਾਲ ਤਖ਼ਤ 'ਤੇ ਤਾਂ ਜਿਹੜਾ ਮੋਰਚਾ ਤਾਂ ਉਸ ਟਾਈਮ ਚੱਲ ਹੀ ਰਿਹਾ ਸੀ ਲੌਂਗੋਵਾਲ ਨਾਲ ਤੁਸੀਂ ਦੱਸਤੀ ਵੀ ਰਿਫਟ ਹੋ ਗਈ ਅਤੇ ਜਿਹੜੇ ਜੇ ਜਥੇਦਾਰ ਟੋੜਾ ਸੀਗੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਦੀ ਪਹੁੰਚ ਕੀ ਰਹਿੰਦੀ ਸੀ ਉਹ ਦੋਨਾਂ ਗਰੁੱਪਾਂ ਨਾਲ ਚੱਲਦੇ ਸੀ ਜਾਂ ਕਿਵੇਂ ਸੀ ਉਹਨਾਂ ਦੀ ਪਹੁੰਚ ਉਹਨੇ ਉਹ ਦੋਨਾਂ ਨਾਲ ਬਣਾ ਕੇ ਰੱਖਦੇ ਸੀ ਬਣਾ ਕੇ ਰੱਖਦੇ ਸੀ ਦੋਨਾਂ ਨਾਲ ਵੈਸੇ ਉਹ ਥੋੜ੍ਹਾ ਜਿਹਾ ਪ੍ਰੋ ਪਿੰਡਾਂ ਵਾਲਾ ਸੀ ਪ੍ਰੋ ਪਿੰਡਾਂ ਵਾਲਾ ਸੀ ਤਾਂ ਉਹ ਮਤਲਬ ਕਿ ਵਿਚਾਰਧਾਰਕ ਤੌਰ 'ਤੇ ਉਹਨਾਂ ਨਾਲ ਨੇੜੇ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਗਰੁੱਪ ਭਾਰਾ ਹੈ
नहीं विचारता रहते पासा तो पिछों फिर हो गया जो हूँ वो बिच जो हम आना जरा ना बिस्तारी देने वास्ते दो तीन सौ बंदा रोज आता सी जिले जिले बार अज मानसा की अच सखनौर की अज बरनाले अज बठिंडे की ड्यूटी है उस जिले के जरा जथेदार जिले का अकाली दल का प्रधान वो जिते लेके आता सी 200-300 बंदा आता सी उस लंगोल में मिल के दर्शन करके चले जाते सी तो लंगोवाल ने तो मोर्चे का प्रबंध भी करना जोड़े बंदे गए ने जेल च गए ने उन्होंने साबण तेल समान भी भेजना तो जो कोई बंदा जेल च कोई बंदा मर गया वो घर पिछों ख्याल भी रखना वो मदद भी करनी तो ये भिंडा को फिर जो बाकी बंदे ये फिर संत लंगोवाल मिल के भिंडा वाल वाल चले जाते सके अकालियां नूं सपोर्ट नहीं सी मिल रही अकाली डिसक्रेडिट हो गए सीगे फिर पिंडरां ने नाल लाया तां इहदे नाल लोकां दा सपोर्ट जिहड़ा सीगा नहीं गलत है गलत है देखो अकाली दल इक बड़ी वड्डी पार्टी है उहनूं तां दस्सिया उहनूं इन्नी मदद मिली जिवें हुण किसानां नूं मिली सी जिहड़े दिल्ली बैठे सारे पंजाबी जी सारे सरकार हर पेशे की बनी सी उस हिंदुओं की भी मिली सिखा मुसलमान की बनी जे अकाली दल तुसी क्या कि अकाली दल को काफ़ी सपोर्ट बेस सेगा पहले ही एक वड्डी पार्टी सी तो फिर उन्होंने भिंडरां वाले नूं नाल ही क्यों रखिया सी जे उन्हां दा सपोर्ट बेस ही है नहीं सी ओह नहीं ओह जब जथेदार टौड़ा ने करके जी जथेदार टौड़ा करके हाँ ठीक है पिंडाले तो मोर्चा लाया सी ना भी भाई ओदी रिहाई वास्ते हां भाई अमीर सिंह ते बाबा सर सिंह इन्हें सामने जथेदार टौड़ा ने मेरी मीटिंग हुई सी फतेहगढ़ साहब जी ओदे विच फिर क्या भी असी संत लंगो पिंडाले का मोर्चा असी अडाप्ट कर लैने नाल असी अपना मोर्चा ला लैने ठीक है ठीक है तुसी इहदे विच जिहड़ा बादल दा रोल सीगा प्रकाश सिंह बादल दा ओ रोल तुसी किद्दां देखदे हो मोर्चे जो चल रहा सी बादल ते देखो ओ वैसे ओ प्रो संत लंगोवाल सी जी एंटी पिंडरां वाला सी पिंडरां सी क्योंकि ओ खालसा दे उल्ट सी जी खाड़कू हिंसा दे उल्ट सी हिंसा दे उल्ट ਅਤੇ ਉਹ ਪ੍ਰੋ ਸੰਤ ਲੰਗੋਵਾਲ ਦਾ ਸੀ ਸੰਤ ਲੰਗੋਵਾਲ ਨੂੰ ਪਹਿਲਾਂ ਵੀ ਜਿਹੜਾ ਐਮਰਜੈਂਸੀ ਵਿੱਚ ਮੋਰਚਾ ਲੱਗਿਆ ਸੀਗਾ ਉਹਨੂੰ ਡਿਕਟੇਟਰ ਸੀਗੇ ਉਹ ਡਿਕਟੇਟਰ ਬਣਾਇਆ ਸੀਗਾ ਨੇ ਬਾਦਲ ਨੇ ਅਤੇ ਚੌੜੇ ਨੇ ਮਰਜ਼ੀ ਨਾਲ ਅਤੇ ਹੁਣ ਵੀ ਉਹਦਾ ਜਿਹੜਾ ਬਣਾਇਆ ਸੀ ਅਕਾਲੀ ਦਲ ਦਾ ਪ੍ਰਧਾਨ ਇਹ ਬਾਦਲ ਦੀ ਮਰਜ਼ੀ ਦੇ ਨਾਲ ਹੀ ਬਣਿਆ ਸੀ ਬਾਦਲ ਦੀ ਮਰਜ਼ੀ ਨਾਲ ਹੀ ਬਣੇ ਸੀਗੇ ਸੰਤ ਲੌਂਗੋਵਾਲ ਬਣੇ ਸੀ ਤਾਂ ਇਹਦਾ ਮਤਲਬ ਜਿਹੜੀ ਸੰਤ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਜਿਹੜੀ ਇਕੁਏਸ਼ਨ ਸੀ ਉਹ ਜ਼ਿਆਦਾ ਚੰਗੀ ਸੀ ਗੁਰਚਰਨ ਸਿੰਘ ਟੌੜਾ ਦੇ ਮੁਕਾਬਲੇ ਆਪਸ 'ਚ ਹਾਂ ਜੀ ਠੀਕ ਹੈ ਠੀਕ ਹੈ ਤਾਂ ਫਿਰ ਜਦੋਂ ਤੁਸੀਂ ਇਹ ਕਿਤਾਬ ਡਾਇਰੀ ਦੇ ਪੰਨੇ ਲਿਖ ਰਹੇ ਇਹਦੇ ਵਿੱਚ ਤੁਸੀਂ ਲਿਖਿਆ ਕਿ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਸੀਗੇ ਜਿਨ੍ਹਾਂ ਦਾ ਨਾ ਤਾਂ ਭਿੰਡਰਾਂ ਵਾਲਿਆਂ ਨਾਲ ਕੋਈ ਸੰਬੰਧ ਸੀ ਨਾ ਅਕਾਲੀ ਮੋਰਚੇ ਨਾਲ ਕੋਈ ਸੰਬੰਧ ਸੀ ਉੱਥੇ ਆ ਕੇ ਉਹਨਾਂ ਨੇ ਸ਼ਰਨ ਲੈਣੀ ਸ਼ੁਰੂ ਕਰਤੀ ਸੀ ਇਹ ਤੁਸੀਂ ਖੁਦ ਦੇਖਿਆ ਆਪਣੀਆਂ ਅੱਖਾਂ ਨਾਲ ਨਹੀਂ ਆਉਣ ਲੱਗ ਗਏ ਲੋਕ ਪਰ ਹਾਂ ਉਹ ਦੇਖਿਆ ਨਹੀਂ ਪਤਾ ਲੱਗਾ ਸੀਗਾ ਉਹਨਾਂ ਨੇ ਨਾ ਆਸੇ ਪਾਸੇ ਜਿਹੜੇ ਦੁਕਾਨਦਾਰ ਨੇ ਉਹਨਾਂ ਤੋਂ ਮਹੀਨਾ ਲੈਣਾ ਸ਼ੁਰੂ ਕਰਤਾ ਦੁਕਾਨਦਾਰਾਂ ਤੋਂ ਮੁਕਾਉਣਾ ਸ਼ੁਰੂ ਕਰਤਾ ਜਿਹੜੇ ਆਸੇ ਪਾਸੇ ਦੁਕਾਨਦਾਰ ਨੇ ਹਿੰਦੂ ਵੀ ਨੇ ਸਿੱਖ ਵੀ ਨੇ ਉਹ ਦੁਕਾਨਦਾਰ ਜਿਹੜੇ ਦਰਬਾਰ ਸਾਹਿਬ ਦੇ ਆਸੇ ਪਾਸੇ ਨੇ ਨਹੀਂ ਇਹੀ ਤਾਂ ਫਿਰ ਸਰਕਾਰ ਦਾ ਆਰਗੂਮੈਂਟ ਸੀ ਇਹਦਾ ਮਤਲਬ ਸਰਕਾਰ ਸਹੀ ਕਹਿ ਰਹੀ ਸੀ ਗੱਲ ਕਿ ਹਾਂ ਵੀ ਉੱਥੇ ਕ੍ਰਿਮੀਨਲਾਂ ਦਾ ਅੱਡਾ ਬਣ ਰਿਹਾ ਅੰਦਰ ਕੰਪਲੈਕਸ 'ਚ ਹਾਂ ਨਹੀਂ ਉਹ ਠੀਕ ਸੀ ਹੈ ਠੀਕ ਸੀ ਕਿਸੇ ਹੱਦ ਤੱਕ ਠੀਕ ਸੀ ਵੀ ਤੋ ਤੁਹਾਨੂੰ ਲੱਗਦਾ ਕਿ ਉੱਥੇ ਨਾ ਕੋਈ ਜਰਾਇਮ ਪੇਸ਼ਾ ਲੋਕ ਸੀਗੇ ਜਰਾਇਮ ਪੇਸ਼ਾ ਨਹੀਂ ਐਂਟੀ ਸੋਸ਼ਲ ਚਲੋ ਐਂਟੀ ਸੋਸ਼ਲ ਜੇ ਸੀਗੇ ਤਾਂ ਉਹਨਾਂ ਨੂੰ ਫਿਰ ਠਾਰ ਕੌਣ ਦਿੰਦਾ ਸੀ ਭਿੰਡਰਾਂ ਵਾਲੇ ਦਾ ਗਰੁੱਪ ਦਿੰਦਾ ਸੀ ਲੌਂਗੋਵਾਲ ਦਾ ਦਿੰਦਾ ਸੀ ਪੋਟੈਂਸ਼ੀਅਲ ਦਾ ਕੌਣ ਕਿਹਦੇ ਬੰਦੇ ਨੇ ਦੇਖੋ ਹੁਣ ਉਹ ਤਿੰਨ ਚਾਰ ਹੋ ਗਏ ਕਿ ਵੀ ਸ਼੍ਰੋਮਣੀ ਪਾਰਟੀ ਦੇ ਮੈਂਬਰ ਨੇ ਬੰਦੇ ਨੇ ਜਾਂ ਉਹ ਇਹਦੇ ਅਕਾਲੀ ਦਲ ਦੇ ਮੈਂਬਰ ਨੇ ਜਾਂ ਜਥਾ ਪਿੰਡਰਾਣਾ ਦੇ ਮੈਂਬਰ ਨੇ
ਉਹ ਪਤਾ ਨਹੀਂ ਸੀ ਲੱਗਦਾ ਇੰਨੇ ਚ ਇੰਨਾ ਨਖੇੜਨੇ ਔਖੇ ਸੀਗੇ ਉਹ ਇੰਨੇ ਨਖੇੜਦੇ ਔਖੇ ਸੀ ਠੀਕ ਹੈ ਤਾਂ ਫਿਰ ਜਦੋਂ ਤੁਸੀਂ ਕਿਹਾ ਕਿ ਉਹ ਮਹੀਨਾ ਲੈਣਾ ਸ਼ੁਰੂ ਕਰ ਗਏ ਸੀ ਕਿ ਤੁਸੀਂ ਉਹਨਾਂ ਨੂੰ ਮਿਲੇ ਹੋਵੋਗੇ ਆਬਵੀਅਸਲੀ ਜਿਹੜੇ ਦੁਕਾਨਦਾਰ ਨੇ ਤੁਹਾਡੇ ਕੋਲ ਵੀ ਗੱਲ ਤਾਂ ਆਈ ਹੈ ਨਹੀਂ ਪਰ ਉਹ ਸ਼ਿਕਾਇਤ ਲੈ ਕੇ ਗਏ ਇਹਦੇ ਕੋਲ ਸੰਤ ਲੰਗੋਵਾਲ ਕੋਲ ਵੀ ਗਏ ਤੇ ਪਿੰਡ ਵਾਲੇ ਕੋਲ ਤਾਂ ਉਹਨਾਂ ਨੇ ਕੀ ਕੀਤਾ ਫਿਰ ਥੋੜ੍ਹਾ ਡਾਂਟੇ ਡੂੰਟੇ ਥੋੜ੍ਹਾ ਜਿਹਾ ਹੁੰਦਾ ਠੀਕ ਹੈ ਤਾਂ ਜਿਹੜੀ ਪੁਲਿਸ ਸੀਗੀ ਇਸ ਸਾਰੇ ਦੇ ਵਿੱਚ ਉਹ ਕੀ ਕਰ ਰਹੀ ਸੀ ਪੁਲਿਸ ਜਿਹੜੀ ਹੈ ਨਾ ਦਰਬਾਰ ਸਾਹਿਬ ਦੇ ਉਦੋਂ ਜਿਹੜਾ ਜਿਹੜੀ ਉਦੋਂ ਇੱਕ ਪ੍ਰਥਾ ਸੀਗੀ ਦਰਬਾਰ ਸਾਹਿਬ ਦੇ ਨਾ ਕੰਪਲੈਕਸ ਦੇ ਵਿੱਚ ਬਨੀਸੀ ਜਾਂਦੀ ਦਰਬਾਰ ਸਾਹਿਬ ਵਿੱਚ ਕੋਈ ਮੱਥਾ ਟੇਕਣ ਵੀ ਆਉਂਦਾ ਸੀ ਪੁਲਿਸ ਵਾਲਾ ਜਾਂ ਦੇ ਜਾਂਦਾ ਸੀਗਾ ਉਹ ਆਪਣੀ ਕਮੀਜ਼ ਦਰਬਾਰ ਸਾਹਿਬ ਜਿਹੜਾ ਇਨਫੋਰਮੇਸ਼ਨ ਦਫ਼ਤਰ ਆ ਨਾ ਉਹ ਕਮੀਜ਼ ਲਾ ਕੇ ਉੱਥੇ ਸਿਵਲੀ ਕਮੀਜ਼ ਪਾ ਕੇ ਮੱਥਾ ਟੇਕਣ ਜਾਂਦਾ ਸੀ ਅੱਛਾ ਹਾਂਜੀ ਠੀਕ ਹੈ ਜੀ ਇਹ ਪ੍ਰਸਤਾ ਸੀ 1884 ਤੋਂ ਪਹਿਲਾਂ ਇਹ ਪ੍ਰਸਤਾ ਸੀ ਇੰਟਰਸਟਿੰਗ ਅੱਛਾ ਅਤੇ ਫਿਰ ਤੁਸੀਂ ਕਿੱਦਾਂ ਦੇਖਦੇ ਹੋ ਕਿ ਜਦੋਂ ਉੱਥੇ ਮਾਹੌਲ ਫਿਰ ਇਸ ਵੱਲ ਨੂੰ ਕਿਵੇਂ ਤੁਰਨਾ ਸ਼ੁਰੂ ਹੋ ਗਿਆ ਬਲਿਊ ਸਟਾਰ ਵਾਲੇ ਪਾਸੇ ਨੂੰ ਜਾਂ ਇਹ ਮਾਹੌਲ ਇੱਧਰ ਨੂੰ ਕਿਵੇਂ ਵੱਧ ਗਿਆ ਫਿਰ ਮੋਰਚੇ ਤੋਂ ਨਹੀਂ ਮੋਰਚੇ ਵਿੱਚ ਫਿਰ ਇਹਦੇ 'ਚ ਇਹਨਾਂ ਨੇ ਪਹਿਲਾਂ ਖਾੜਗੂਆਂ ਨੇ ਪਿੰਡਾਂ ਦੇ ਬੰਦਿਆਂ ਨੇ ਮੋਰਚੇ ਬਣਾਉਣੇ ਸ਼ੁਰੂ ਕਰਤੇ ਇੱਕ ਸਾਲ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਅੱਛਾ ਜੀ ਬੋਰੀਆਂ ਬਾਰੀ ਰੱਖ ਕੇ ਉਹ ਚਾਹੀਦਾ ਸੀ ਨਾ ਅਤੇ ਜਿੱਥੇਦਾਰ ਚੌੜਾ ਨੂੰ ਰੁਕਣਾ ਚਾਹੀਦਾ ਸੀ ਨਹੀਂ ਰੁਕਿਆ ਉਹਨੇ ਅਤੇ ਫਿਰ ਉਹ ਪਿੱਛੋਂ ਇਹਨਾਂ ਦੀ ਆਪਸੀ ਗੋਲੀਬਾਰੀ ਚੱਲ ਗਈ ਫਿਰ ਕਈ ਬੱਚੇ ਮਰ ਕੇ ਜਿਹੜੇ ਬੰਦੇ ਸੀ ਨਾ ਬਾਹਰ ਮਾਰ ਕੇ ਕਿਸੇ ਨੂੰ ਕਿਸੇ ਪੁਲਿਸ ਵਾਲੇ ਨੂੰ ਮਾਰ ਕੇ ਜਾਂ ਕਿਸੇ ਰੁਜ਼ਗਾਰੀ ਨੂੰ ਮਾਰ ਕੇ ਅੰਦਰ ਆ ਜਾਂਦੇ ਸੀਗੇ ਅੱਛਾ ਇਹ ਇਹ ਕੌਣ ਕਰਦਾ ਸੀ ਪਿੰਡਾਂ ਵਾਲਾ ਦਾ ਗਰੁੱਪ ਕਰਦਾ ਸੀ ਕੋਈ ਵੀ ਕਰਦਾ ਸੀ ਕੋਈ ਵੀ ਮਰਦਾ ਸੀ ਉਹ ਦਰਬਾਰ ਸਾਹਿਬ ਦੇ ਜਿਹੜਾ ਅੰਦਰ ਆ ਗਿਆ ਉਹ ਫੜਿਆ ਨਹੀਂ ਜਾਏ ਔਰ ਜਿਹੜਾ ਸੁਖ ਸਰਬੰਧ ਸੌਮੀ ਆ ਇਹ ਵੀ 1984 ਦੇ ਵਿੱਚ ਨਾ ਐਮਰਜੈਂਸੀ ਵਿੱਚ ਉੱਥੇ ਦਰਬਾਰ ਸਾਹਿਬ ਰਿਹਾ ਸੀਗਾ ਜੀ ਅੱਛਾ ਐਮਰਜੈਂਸੀ 'ਚ ਅੱਛਾ ਜੀ ਤਾਂ ਇਹਦਾ ਮਤਲਬ ਉੱਥੇ ਇੱਕ ਲੈਵਲ 'ਤੇ ਜਿਹੜੇ ਲੋਕ ਕੋਈ ਕ੍ਰਾਈਮ ਕਰਦੇ ਸੀ ਬਾਹਰ ਜਾਂ ਕਾਨੂੰਨ ਤੋੜਦੇ ਸੀ ਉਹਨਾਂ ਦੀ ਇੱਕ ਅੰਦਰ ਠਾਰ ਬਣ ਗਈ ਸੀ ਨਹੀਂ ਉਹ ਸ਼ਹਿਰ ਲੈ ਲੈਂਦੇ ਸੀਗੇ ਤਾਂ ਜਿਹੜਾ ਜਦੋਂ ਤੁਸੀਂ ਉੱਥੇ ਰਹਿ ਰਹੇ ਸੀਗੇ ਜਦੋਂ ਇਹ ਸਾਰਾ ਹੁਣ ਬਿਲਡਅਪ ਹੋ ਗਿਆ ਆਰਮੀ ਲੱਗ ਗਈ ਤਾਂ ਕੀ ਮਾਹੌਲ ਸੀਗਾ ਉੱਥੇ ਆਰਮੀ ਮਾਹੌਲ ਤਾਂ ਹੋ ਗਿਆ ਵੀ ਮਾਹੌਲ ਤਾਂ ਫਿਰ ਉਹਨਾਂ ਨੇ ਪਹਿਲਾਂ ਆਰਮੀ ਦਾ ਮਾਹੌਲ ਤਾਂ ਦੇਖੋ ਉਹਨਾਂ ਦੇ ਗੋਲੀ ਮਾੜੀ ਮਾੜੀ ਮੋਟੀ ਚੱਲਦੀ ਰਹਿੰਦੀ ਸੀਗੀ ਜਿਹੜੀਆਂ ਪੈਰਾਮਿਲਟਰੀ ਫੋਰਸ ਨੇ ਸੀ ਆਰ ਪੀ ਜਾਂ ਬੀ ਐਸ ਐਫ ਨੇ ਆਸੇ ਪਾਸੇ ਲੱਗੀਆਂ ਨੇ ਚਾਰੇ ਬੰਨੇ ਲੱਗੇ ਸੀ ਜਿਹੜਾ ਹੈਗਾ ਅਖਾੜਾ ਬ੍ਰਹਮ ਬੂਟਾ ਉਹ ਦਰਬਾਰ ਸਾਹਿਬ ਦੇ ਨਾਲ ਹੀ ਹੈ ਜਿਹੜਾ ਬੂੰਗਾ ਰੰਗੜੀ ਆ ਉਹਦੇ ਨਾਲ ਹੀ ਬਿਲਕੁਲ ਨਾਲ ਹੀ ਆ ਉਸ ਬੂੰਗਾ ਰੰਗੜੀ ਤੋਂ ਪਰਲੇ ਬੰਨੇ ਰਾਮਗੜੀ ਆ ਉਹ ਹੈਗਾ ਅਖਾੜਾ ਬ੍ਰਹਮ ਬੂਟਾ ਉਹਦੇ ਵਿੱਚ ਆਰਮੀ ਸੀਗੀ ਇਹਨਾਂ ਦੀ ਆਰਮੀ ਸੀ ਪਹਿਲਾਂ ਸੀ ਆਰ ਪੀ ਸੀ ਜੀ ਅਤੇ ਉਹ ਉਹਦੇ 'ਚ ਜਾਂਦੀ ਸੀ ਤਾਂ ਮਤਲਬ ਕਿ ਕੋਈ ਜਿਹੜੀ ਤੁਸੀਂ ਤੁਸੀਂ ਦੱਸਿਆ ਕਿ ਜਿਹੜੇ 3 ਜੂਨ ਨੂੰ ਤੁਸੀਂ ਮਿਲੇ ਸੀਗੇ ਪਿੰਡਾਂ ਵਾਲੇ ਸੰਤਾਂ ਨੂੰ ਤਾਂ ਉੱਥੇ ਕੀ ਮਾਹੌਲ ਸੀਗਾ ਜੋ ਪਹਿਲੇ ਦਿਨਾਂ 'ਚ ਨਹੀਂ ਸੀ ਹੁੰਦਾ ਉੱਦਣ ਹੈਗਾ ਸੀ ਨਹੀਂ ਅਸੀਂ 2 ਨੂੰ ਵੀ ਗਏ ਸੀਗੇ ਪਹਿਲੀ ਨੂੰ ਵੀ ਦੇਖੋ ਪਹਿਲੀ ਨੂੰ 8 ਘੰਟੇ ਗੋਲੀ ਚੱਲੀ ਜੀ ਮੈਂ ਕੁਦਰਤੀ ਮਿਹਨਤ ਘਰ ਸੀ ਨਾ ਮੈਂ ਸੋਚ ਵੀ ਤੁਸੀਂ ਇਹਦੇ 'ਚ ਪੜ੍ਹੋਗੇ ਮੈਂ ਸ਼ੁਰੂ ਉੱਥੋਂ ਕੀਤਾ ਮੈਨੂੰ ਨਾ ਪੀ ਪੀ ਐਸ ਗੱਲੇ ਵਾਲਾ ਮੇਰਾ ਸੀਨੀਅਰ ਆ ਜਿਹੜਾ ਮੈਂ ਜਾਣਦਾ ਉਹਦੇ ਨੇ ਮੈਨੂੰ ਬ੍ਰੇਕਫਾਸਟ 'ਤੇ ਬੁਲਾਇਆ ਸੀ ਜੀ ਮੈਂ ਬ੍ਰੇਕਫਾਸਟ ਕਰਕੇ ਆਇਆ ਉਦੋਂ ਉਹਦੇ ਫਾਇਰਿੰਗ ਸ਼ੁਰੂ ਹੋ ਰਹੀ ਸੀ ਮੈਂ ਘਰੇ ਨਹੀਂ ਜਾ ਸਕਿਆ ਅੜੀਕਦਾ ਰਿਹਾ ਦੁਪਹਿਰ 2-3 ਤੱਕ ਅੜੀਕਦਾ ਰਿਹਾ ਫਿਰ ਮੈਂ ਰਾਤ ਨੂੰ ਤੋਮਰ ਦੇ ਰਿਹਾ ਰਾਤ ਨੂੰ ਜੀ 2 ਨੂੰ ਸਾਨੂੰ ਪਾਸ 'ਤੇ ਮਿਲੇ ਹੋਏ ਸੀ ਨਾ ਕਰਫਿਊ ਪਾਸ ਪ੍ਰੈਸ ਵਾਲਿਆਂ ਨੂੰ 2 ਨੂੰ ਜਿਹੜਾ ਹੈਗਾ ਅਸੀਂ ਆਰਮੀ ਵਿੱਚ ਉੱਧਰ ਗਏ ਦਰਬਾਰ ਸਾਹਿਬ ਗਏ ਉਹਨਾਂ ਨੇ ਜਿਹੜਾ ਅਕਾਲ ਤਖ਼ਤ ਦੇ ਜਥੇਦਾਰ ਨੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੌੜਾ ਸਾਹਿਬ ਵੀ ਆ ਗਏ ਸੀ ਅਤੇ
ਸੰਤ ਲੌਂਗੋਵਾਲ ਨੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੰਡੈਮ ਕੀਤਾ ਇਹਨਾਂ ਦੇ ਵੱਖਰੇ ਵੱਖਰੇ ਬਿਆਨ ਕੀਤੇ ਗੋਲੀਬਾਰੀ ਨੂੰ ਗੋਲੀਬਾਰੀ ਉਹ ਤੈਨੂੰ ਗਏ ਸੀ ਜਾਂ ਉਹ ਆ ਗਏ ਅਤੇ ਉਹ ਫਿਰ ਸ਼ਾਮ ਨੂੰ ਫਿਰ ਇੰਟਰਵਿਊ ਲੱਗ ਗਿਆ ਕਰਸੀ ਅਤੇ ਤੈਨੂੰ ਸੀਗੀ ਸ਼ਹੀਦੀ ਦਿਨ ਸੀਗਾ ਗੁਰੂ ਅਰਜਨ ਦੇਵ ਜੀ ਉਹ ਤੈਨੂੰ ਉਹਨਾਂ ਨੇ ਨਾ ਸਾਡੇ ਕੋਲ ਤਾਂ ਪਾਸ ਸੀ ਨਾ ਤੈਨੂੰ ਉਹਨਾਂ ਨੇ ਰਜਿਸਟ੍ਰੇਸ਼ਨ ਦਿੱਤੀ ਜੀ ਅਤੇ ਅਸੀਂ ਜਿਹੜੇ ਗਏ ਨਾ ਤੁਹਾਨੂੰ ਦੱਸਿਆ ਦੋਨੋਂ ਜਦੋਂ ਅਸੀਂ ਜਾ ਕੇ ਮੁੜ ਕੇ ਆਏ ਨਾ ਮੈਂ ਤਾਂ ਇੱਕ ਕਾਲੀ ਪੱਤਰਕਾਰ ਦਾ ਪੱਤਰਕਾਰ ਸੀਗਾ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਉਹ 'ਚ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਉਹ ਬਾਹਰ ਨਿਕਲਦਿਆਂ ਨੂੰ ਉੱਥੇ ਹੈਗਾ ਕਰਾਰੂ ਵਾਲੀ ਆ ਆਰਮੀ ਉੱਥੇ ਉਹਨਾਂ ਨੇ ਰੋਕ ਲਿਆ ਸੀ ਆਰ ਪੀ ਨੂੰ ਉਹਨਾਂ ਨੇ ਆਪ ਹੱਥ ਖੜ੍ਹੇ ਕਰੋ ਅਸੀਂ ਹੱਥ ਖੜ੍ਹੇ ਕਰ ਦਿੰਦੇ ਸੀਗੇ ਤਾਂ ਅਸੀਂ ਕਿੱਥੋਂ ਆਏ ਹੋ ਅਸੀਂ ਦਰਬਾਰ ਸਾਹਿਬ ਗਏ ਹਾਂ ਅਸੀਂ ਪੱਤਰਕਾਰ ਹੈ ਤਲਾਸ਼ੀ ਦੇ ਤਲਾਸ਼ੀ ਲਈ ਵੀ ਸਾਡੇ ਕੋਲ ਹਥਿਆਰ ਤੁਸਾਂ ਨੇ ਹਥਿਆਰ ਸਾਡੇ ਕੋਲ ਤਾਂ ਸੀ ਤਲਾਸ਼ੀ ਲਈ ਜਾਓ ਜਾਣ ਦਾ ਅਤੇ ਉਹ ਮੈਂ ਇਹਦੇ ਵਿੱਚ ਕੀਤਾ ਹੈਗਾ ਲਿਖਿਆ ਇਹਦੇ ਵਿੱਚ ਤਿੰਨ ਨੂੰ ਫਿਰ ਗਏ ਅਸੀਂ ਤਿੰਨ ਨੂੰ ਫਿਰ ਜਾ ਕੇ ਆਏ ਤਿੰਨ ਨੂੰ ਫਿਰ ਨਾ ਥੋੜ੍ਹਾ ਰਜਿਸਟ੍ਰੇਸ਼ਨ ਦਿੱਤੀ ਉਹਦੇ ਵਿੱਚ ਗੁਰਪੁਰਬ ਵਾਸਤੇ ਗੁਰਪੁਰਬ ਕਰਕੇ ਅਤੇ ਮੈਂ ਸ਼ਾਮ ਨੂੰ ਜਾਣਾ ਸੀ ਨਾ ਟ੍ਰਿਬਿਊਨ 'ਚ ਕੰਮ ਕਰਦਾ ਸੀ ਜੀ ਪੀ ਪੀ ਐਸ ਗਿੱਲ ਮੇਰਾ ਸੀਨੀਅਰ ਸੀਗਾ ਉਹ ਕਹਿੰਦਾ ਤਿੰਨ ਚਾਰ ਪੱਤਰਕਾਰ ਆਏ ਨੇ ਦਿੱਲੀ ਤੋਂ ਇਹਨਾਂ ਨੂੰ ਪਿੰਡਾਂ ਵਾਲਿਆਂ ਨਾਲ ਮਿਲਾ ਦੇ ਅਤੇ ਤੂੰ ਨਾ ਆਈ ਕੋਈ ਖਬਰ ਖੁਬਰ ਹੈ ਨਹੀਂ ਜੀ ਅਤੇ ਇੱਧਰ ਤਾਂ ਅਖਬਾਰ ਬੰਦ ਕਰਤੇ ਸੀਗੇ ਵੀ ਖਬਰਾਂ ਖਬਰਾਂ ਬੰਦ ਹੋ ਗਈਆਂ ਅਤੇ ਮੈਂ ਪਿੰਡ ਵਾਲਾ ਉਹਨਾਂ ਨੂੰ ਲੈ ਕੇ ਜਿਹੜੇ ਤਿੰਨ ਚਾਰ ਸੀਗੇ ਬੰਦੇ ਇੰਡੀਅਨ ਐਕਸਪ੍ਰੈਸ ਇੰਡੀਅਨ ਟਾਈਮਸ ਆਫ ਇੰਡੀਆ ਦੇ ਵੀ ਕੋਈ ਪੱਤਰਕਾਰ ਸੀ ਟਾਈਮਸ ਆਫ ਇੰਡੀਆ ਦਾ ਸੀ ਸੁਭਾਸ਼ ਚੁਰੇਕਰ ਸੀਗਾ ਇੱਕ ਟ੍ਰਿਬਿਊਨ ਦਾ ਸੀਗਾ ਉਹ ਯਾਰ ਸੀਗਾ ਚਾਰ ਚਾਰ ਪੱਤਰਕਾਰ ਸੀ ਇੱਕ ਲੰਡਨ ਗਾਰਡੀ ਹੁੰਦਾ ਸੀ ਉਹਦੇ ਵਿੱਚ ਮੈਂ ਨਾਂ ਲਿਖੇ ਨੇ ਹਾਂਜੀ ਇਸ ਕਿਤਾਬ ਦੇ ਵਿੱਚ ਹੈਗੇ ਆ ਨਾਂ ਲਿਖੇ ਨੇ ਉਹਦੇ ਉਹ ਫਿਰ ਪਿੰਡਾਣਾ ਵਾਲੇ ਲੈ ਕੇ ਗਿਆ ਮਿਲਾਇਆ ਉਹਨਾਂ ਨੂੰ ਪਿੰਡਾਣਾ ਫਿਰ ਮੇਰੇ ਜਿਹੜੀ ਇੰਟਰਵਿਊ ਆ ਉਹਦੇ 'ਚ ਮੈਂ ਲਿਖੀ ਆ ਉਹ ਜਿਹੜੀ ਗੱਲਬਾਤ ਹਾਂਜੀ ਜੀ ਗੱਲਬਾਤ ਤੁਸੀਂ ਲਿਖੀ ਹੈ ਤਾਂ ਉਹਨਾਂ ਨੇ ਪੱਤਰਕਾਰਾਂ ਨੇ ਪੁੱਛੇ ਸਵਾਲ ਪੁੱਛੇ ਨਾ ਇੱਕ ਤਾਂ ਉਹਨਾਂ ਨੇ ਗੋਲੀਆਂ ਦੇ ਨਿਸ਼ਾਨ ਦੇਖੇ ਜਿਹੜੇ ਗੋਲੀਆਂ ਦੇ ਗੋਲੀਆਂ ਦੇ ਨਿਸ਼ਾਨ ਹੱਥੇ ਉਹਨਾਂ ਨੇ ਨਾ ਨਿਸ਼ਾਨ ਗੋਲਾ ਲਾ ਕੇ ਨਿਸ਼ਾਨ ਲਾਤਾ ਸੀਗਾ ਜੀ ਕਾਲਾ ਅਤੇ ਉਹ ਨਿਸ਼ਾਨ ਦੇਖੇ ਜਿਹੜੇ ਪੱਤਰਕਾਰਾਂ ਨੇ ਉਹਨੂੰ ਮਿਲੇ ਅਤੇ ਨਿਸ਼ਾਨ ਦੇ ਉੱਤੇ ਤਰੀਕ ਪਾਈ ਹੋਈ ਸੀ ਤਰੀਕ ਪਾਈ ਇੱਕ ਜੂਨ 1984 1984 ਫਿਰ ਪਿੰਡਾਂ ਨੂੰ ਮਿਲ ਕੇ ਸੀ ਜਦੋਂ ਇੰਟਰਵਿਊ ਕਰਕੇ ਅਸੀਂ ਘਰ ਮੈਂ ਘਰ ਆਇਆ ਨਾ ਮੈਨੂੰ ਪੀ ਪੀ ਇਸ ਗੱਲ ਦਾ ਆ ਗਿਆ ਵੀ ਉਹਨਾਂ ਇੰਦਰਾ ਟੀ ਵੀ ਨੂੰ ਟੀ ਵੀ ਸੀਗਾ ਟੀ ਵੀ 'ਤੇ ਇੰਦਰਾ ਗਾਂਧੀ ਦੀ ਇੰਟਰਵਿਊ ਆ ਰਹੀ ਸੀ ਜੀ ਕੌਮ ਦੇ ਨਾਲ ਸੰਦੇਸ਼ ਆ ਰਿਹਾ ਸੀ ਜੀ ਵੀ ਉਹਨੇ ਜਿਹੜਾ ਪੰਜਾਬ ਨੂੰ ਫੌਜ ਦੇ ਹਵਾਲੇ ਕਰਤਾ ਗੱਡੀਆਂ ਗੁੱਡੀਆਂ ਬਿਜਲੀ ਪਾਣੀ ਬੰਦ ਕਰਤਾ ਅਤੇ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਗੱਡੀਆਂ ਨਵਾ ਸਾਈਕਲਾਂ ਸੁਕਲਾਂ 'ਤੇ ਵੀ ਗੱਡੀਆਂ 'ਤੇ ਪਾਬੰਦੀ ਲਾਤੀ ਆ ਕਿਸੇ ਆਉਣ ਜਾਣ 'ਤੇ ਕੋਈ ਜਾ ਨਹੀਂ ਸਕਦੀ ਜਿਹੜੀ ਆਰਮੀ ਦੀ ਓਪਰੇਸ਼ਨ 'ਤੇ ਕੋਈ ਨਹੀਂ ਵਰਤੀ ਜਿਹੜੇ ਬਾਹਰ ਦੇ ਹੈਗੇ ਜਰਨਲਿਸਟ ਨੇ ਬਾਹਰਲੇ ਅਖਬਾਰਾਂ ਦੇ ਰਿਪੋਰਟਰ ਨੇ ਉਹ ਪੰਜਾਬ ਤੋਂ ਬਾਹਰ ਕੱਢਦੇ ਸੀ ਕੱਢਦੇ ਤੁਹਾਨੂੰ ਤਾਂ ਨਹੀਂ ਗਿਆ ਕੁਛ ਨਹੀਂ ਮੈਨੂੰ ਅਸੀਂ ਇੰਡੀਆ ਪੰਜਾਬ ਵਾਲੇ ਸੀਗੇ ਪੰਜਾਬ ਦੇ ਸੀ ਨਾ ਪੰਜਾਬ ਦੇ ਅਖਬਾਰਾਂ ਦੇ ਸੀ ਉਹ ਜਿਹੜੇ ਲੰਡਨ ਗਾਰਡੀਅਨ ਦੂਜੇ ਦੇ ਸੀ ਉਹ ਸਾਰੇ ਕੱਢਦੇ ਸੀ ਠੀਕ ਹੈ ਉਹ ਇੰਟਰਵਿਊ ਜਿਹੜੇ 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 ਸੱਜਣਾਂ ਨੂੰ ਤੁਸੀਂ ਸਵੇਰੇ ਮਿਲਾਇਆ ਸੀ ਉਹਨਾਂ ਸਾਰਿਆਂ ਨੂੰ ਕੱਢਤਾ ਉਹ ਸ਼ਾਮ ਨੂੰ ਕੱਢਤਾ ਉਹਨਾਂ ਨੂੰ ਰਾਤ ਮੈਂ ਸ਼ਾਮ ਨੂੰ ਬਣਾਇਆ ਸੀ ਨਾ ਔਰ ਰਾਤ ਨੂੰ ਉਹਨਾਂ ਨੇ ਪੁਲਿਸ ਵਾਲੇ ਨੂੰ ਫੜ ਕੇ ਕੱਢ ਦਿੱਤਾ ਤੁਸੀਂ ਹੋਟਲ 'ਚ ਠਹਿਰੇ ਸੀ ਰਿਟਰਸ ਹੋਟਲ ਅੱਛਾ ਇੱਕ ਹੋਟਲ ਵੀ ਠਹਿਰਦੇ ਸੀਗੇ ਕਿਉਂਕਿ ਕਿਹੜਾ ਹੋਟਲ ਸੀ ਜੀ ਰਿਟਰਸ ਹੋਟਲ ਰਿਟਰਸ ਮਾਡਲ ਮਾਲ ਰੋਡ ਦੇ ਉੱਤੇ ਅੱਛਾ ਕਿਉਂਕਿ ਉਸ ਹੋਟਲ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਸੀਗੀਆਂ ਫੈਕਟਰੀ ਸੀਗੀ ਅਤੇ ਟੈਲੀਪ੍ਰਿੰਟਰ ਸੀਗਾ ਜਿਹੜਾ ਖਬਰਾਂ ਭੇਜਣ ਦੀ ਫੈਸਿਲਿਟੀ ਸੀਗੀ ਉਹ ਉਦੋਂ ਆਰਮੀ ਉਹਨੂੰ ਪੁਲਿਸ ਵਾਲਿਆਂ ਨੂੰ ਪਤਾ ਸੀ ਉਹ ਫੜ ਕੇ ਸਾਰੇ ਬਾਹਰ ਕੱਢਤੇ ਉਹਨਾਂ ਨੂੰ ਕੱਢ
ਤੇ ਅਗਲੇ ਦਿਨ ਫਿਰ ਟੂਟਣਾ ਸ਼ੁਰੂ ਹੋ ਗਿਆ। ਤੇ ਜਿੱਦਣ ਤੁਸੀਂ ਸ਼ਾਮ ਨੂੰ ਗਏ ਸੀ, 3 ਜੂਨ ਨੂੰ ਤੁਸੀਂ ਸ਼ਾਮ ਨੂੰ ਜਾ ਕੇ ਆਏ, ਤਾਂ ਤੁਸੀਂ ਪਹਿਲਾਂ ਵੀ ਦੇਖਦੇ ਸੀਗੇ ਭਿੰਡਰਾਂ ਵਾਲਿਆਂ ਦਾ, ਤਾਂ ਉੱਦਣ ਕੀ ਫਰਕ ਸੀਗਾ ਮਾਹੌਲ 'ਚ? ਫਰਕ 'ਚ ਪਹਿਲਾਂ ਵਾਲੀ ਵੜਕ ਨਹੀਂ ਸੀ, ਵੜਕ ਨਹੀਂ ਸੀ, ਥੋੜ੍ਹਾ ਜਿਹਾ ਉਹ ਜਿਵੇਂ ਮਾਹੌਲ ਥੋੜ੍ਹਾ ਜਿਹਾ ਸੀ। ਉਹਨੇ ਉੱਦਾਂ ਕਿਹਾ ਸੀਗਾ, ਆਪਣੇ ਸਾਥੀਆਂ ਨੂੰ ਕਿਹਾ, ਅਸੀਂ ਆਪ ਸਰਕਾਰ ਤੁਹਾਨੂੰ ਹਥਿਆਰ ਸਰੈਂਡਰ ਕਰਨ ਵਾਸਤੇ ਕਹੇਗੀ, ਸਿੰਘੋ ਅਸੀਂ ਹਥਿਆਰ ਨਹੀਂ ਸਰੈਂਡਰ ਕਰਨੇ, ਅਸੀਂ ਸਰੈਂਡਰ ਨਹੀਂ ਕਰਨਾ ਅਤੇ ਅਸੀਂ ਲੜਾਂਗੇ। ਇਹ ਉਹ ਕਹਿ ਰਹੇ ਸੀ ਆਪਣੇ ਉਹਨਾਂ ਨੂੰ, ਅਨੁਯਾਈਆਂ ਨੂੰ? ਹਾਂ, ਜਿਹੜੇ ਪੈਰੋਕਾਰ ਨੇ ਆਪਣੇ, ਉਹ ਜਿਹੜਾ ਸੰਧੂ ਜਿਹੜਾ ਹੈਗਾ ਜਨਰਲ ਸ਼ਵੇਸ਼ ਸਿੰਘ ਵੀ ਹੈਗਾ ਸੀ। ਅੱਛਾ, ਅਤੇ ਜਨਰਲ ਨਾਲ ਵੀ ਤੁਹਾਡੀ ਗੱਲ ਹੋਈ? ਨਹੀਂ, ਉਹਦੇ ਨਾਲ ਨਹੀਂ ਗੱਲ ਹੋਈ, ਪਹਿਲਾਂ ਕਿਤੇ ਕੁਝ ਗੱਲਬਾਤ ਹੋਈ ਸੀ ਅਤੇ ਉਹਦਾ। ਉਹ ਦੋਨੇ ਜਣੇ ਅਕਾਲ ਤਖ਼ਤ 'ਤੇ ਸੀਗੇ, ਜਨਰਲ ਸ਼ੁਭੇਕ ਸਿੰਘ ਅਤੇ? ਨਹੀਂ, ਉਹ ਨਹੀਂ ਸੀਗਾ, ਉਹ ਸੰਧੂ ਹੈਗਾ ਸੀ। ਅੱਛਾ ਜੀ, ਸੰਧੂ ਹੈਗਾ ਸੀ। ਠੀਕ ਹੈ, ਠੀਕ ਹੈ। ਤੁਹਾਨੂੰ ਲੱਗਿਆ ਕਿ ਉਹ ਥੋੜ੍ਹਾ ਸਹਿਮਿਆ ਹੋਇਆ ਮਾਹੌਲ ਸੀ ਉੱਥੇ? ਨਹੀਂ, ਸਹਿਮੇ ਉਹ ਨਹੀਂ ਸੀ, ਸਹਿਮੇ ਨਹੀਂ ਸੀ, ਪਿੰਡਾਂ ਦੇ ਜਿਹੜੇ ਸੀਗੇ ਨਾ ਪੈਰੋਕਾਰ, ਸਹਿਮੇ ਨਹੀਂ ਸੀ। ਅੱਛਾ, ਨਹੀਂ ਉਹ ਨੇੜੇ ਨਹੀਂ ਸੀ, ਸੰਤ ਪਿੰਡ ਵਾਲੇ ਮਿਲੇ ਨੇ। ਅਤੇ ਉਹ ਸਾਰੇ ਤੁਹਾਨੂੰ ਚੜ੍ਹਦੀ ਕਲਾ 'ਚ ਲੱਗ ਰਹੇ ਸੀਗੇ ਵੀ ਜਿਵੇਂ ਮਾਹੌਲ ਠੀਕ ਸੀਗਾ? ਨਹੀਂ, ਸਾਨੂੰ ਤਾਂ ਸਿਰਫ ਪਿੰਡ ਵਾਲੇ ਮਿਲੇ, ਬਾਕੀ ਮਿਲੇ ਨਹੀਂ ਗਏ। ਅੱਛਾ, ਠੀਕ ਹੈ। ਉਹ ਕਮਰੇ ਵਿੱਚ ਜਿਹੜੇ ਸੀ ਮਿਲਣ ਵਾਸਤੇ, ਪੱਤਰਕਾਰ ਨਾਲ ਮਿਲਣ ਵਾਸਤੇ ਪਿੰਡ ਵਾਲੇ ਆਏ, ਉਹ ਤਾਂ ਨਹੀਂ ਆਏ। ਤਾਂ ਫਿਰ ਗੁਰਚਰਨ ਸਿੰਘ ਟੋੜਾ ਨਾਲ ਜਿਹੜੀ ਟੋੜਾ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਅਪਰੋਚ ਕੀਤਾ ਸੀਗਾ ਪਿੰਡਾਂ ਵਾਲਿਆਂ ਕੋਲ ਗਏ ਸੀ, ਉਸ ਮੁਲਾਕਾਤ ਦਾ ਤੁਹਾਨੂੰ ਪਤਾ ਸੀ? ਨਹੀਂ, ਉਹਦਾ ਮੈਨੂੰ ਨਹੀਂ ਪਤਾ। ਉਹ ਮੈਂ ਇੱਕ ਕਿਤਾਬ, ਮਹਿੰਦਰ ਸਿੰਘ ਨੇ ਕਿਤਾਬ ਲਿਖੀ ਹੈ, ਨੀਂਹ ਰੱਖੀ ਗਈ। ਅੱਛਾ ਜੀ, ਨੀਂਹ ਰੱਖੀ ਗਈ, ਨੀਂਹ ਰੱਖੀ ਗਈ ਪਿੰਡ ਵਾਲਾ ਕਹਿੰਦਾ ਸੀ ਜਿੱਦਣ ਪੁਲਿਸ ਜਾਂ ਆਰਮੀ ਦਰਬਾਰ ਸਾਹਿਬ ਜਾਏਗੀ ਉੱਦਣ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਹਨੇ ਕਿਤਾਬ ਦਾ ਨਾਂ ਰੱਖਿਆ ਨੀਂਹ ਰੱਖੀ ਗਈ, ਉਹ ਮਹਿੰਦਰ ਸਿੰਘ ਨੇ ਕਿਤਾਬ ਰੱਖੀ ਆ। ਉਹਦੇ ਵਿੱਚ ਲਿਖਿਆ ਵੀ ਉਹਨੇ 'ਚ ਕਾਫੀ ਗੱਲਾਂ ਠੀਕ ਲਿਖੀਆਂ ਨੇ ਵੀ ਉਹਨੇ ਵੀ ਇਹ ਉਹ ਮੈਂ ਤੁਹਾਨੂੰ ਮੇਰੇ ਕੋਲ ਕਿਤਾਬ ਦੱਸੋ ਕਿ ਤੁਸੀਂ ਕਿਤਾਬ ਲੈ ਲਿਓ, ਤੁਹਾਨੂੰ ਸ਼ਾਇਦ ਉੱਥੇ ਮਿਲ ਜਾਏ। ਠੀਕ ਹੈ, ਠੀਕ ਹੈ। ਉਹ ਜਿਹੜਾ ਹੈਗਾ ਨਾ ਉਹਦੇ 'ਚ ਮੈਂ ਮਹਿੰਦਰ ਸਿੰਘ ਦੀ ਕਿਤਾਬ ਪੜ੍ਹਿਆ, ਟੋੜੇ ਨੇ ਟੋੜਾ ਜਾ ਕੇ ਪਿੰਡ ਵਾਲੇ ਮਿਲਿਆ ਸੀ ਜਦੋਂ ਆਰਮੀ ਨੇ ਘੇਰਾ ਪਾ ਲਿਆ, ਤੂੰ ਸਰੈਂਡਰ ਕਰ ਦੇ, ਤੂੰ ਲਹਿਰਾ ਜਗਤ ਰਹਿਣ ਵੇਲੇ ਵੀ ਤਾਂ ਸਮਰਪਣ ਕੀਤਾ ਸੀਗਾ ਵੀ ਹੁਣ ਵੀ ਸਮਰਪਣ ਕਰ ਦੇ। ਪਿੰਡ ਵਾਲੇ ਨੂੰ ਲਾਭਾਪ ਕੀਤੀ ਅਤੇ ਭੇਜਤਾ ਉਹਨਾਂ ਨੂੰ। ਤਾਂ ਆਮ ਸੰਗਤ ਆ ਜਾ ਰਹੀ ਸੀ ਉਦੋਂ? ਨਹੀਂ, ਬਹੁਤ ਥੋੜ੍ਹੀ ਆ ਰਹੀ ਸੀ। ਠੀਕ ਹੈ, ਠੀਕ ਹੈ। ਤਾਂ ਫਿਰ ਜਦੋਂ ਪੂਰਾ ਓਪਰੇਸ਼ਨ ਹੁੰਦਾ 5 ਤਰੀਕ ਰਾਤ ਨੂੰ, ਤੁਸੀਂ ਉਦੋਂ ਕਿੱਥੇ ਸੀ? ਮੈਂ ਇੱਥੇ ਤੋਮਰ ਦੇ ਕੋਲ, ਕੈਂਪ ਦੇ ਕੋਲ, ਕੈਂਪ ਦੇ ਨਾਲ ਹੀ ਮੇਰਾ। ਇਹ ਕੰਪਲੈਕਸ ਤੋਂ ਕਿੰਨੀ ਦੂਰ ਸੀਗੀ ਜਗ੍ਹਾ? ਉਹ ਮਿਲਟਰੀ ਕੈਂਪ ਦੇ ਨੇੜੇ ਸੀ ਨਾ, ਉਹਦੇ ਉਸ 'ਤੇ ਮੈਨੂੰ ਫਾਇਦਾ ਇਹ ਆ, ਉਹ 'ਚ ਜਿਹੜੇ ਆਰਮੀ ਆਉਂਦੀ ਜਾਂਦੀ ਹੈ ਨਾ, ਉਹ ਦਿਸਦੀ ਸੀ ਸਾਰੀ। ਠੀਕ ਹੈ, ਜਿਹੜੇ ਬੰਦੇ ਫੜਕੇ ਵੀ ਲੈਂਦੇ ਨੇ, ਅੰਦਰੋਂ ਫੜਕੇ ਲੈਂਦੇ ਸੀਗੇ, ਬੰਦੇ ਸਟੈਂਡਰ ਕਰਦੇ ਸੀਗੇ, ਉਹ ਬੜੇ ਸ਼ੋਰ ਨਾਲ ਸਤਿ ਸ਼੍ਰੀ ਅਕਾਲ ਨਾਰਾਇਣਪੁਰ ਤਾਂ ਲਾਉਂਦੇ ਸੀ ਨਾ, ਉਹ ਆਵਾਜ਼ ਦੀ ਆਵਾਜ਼ ਆਵਾਜ਼ਾਂ ਵੀ ਆਉਂਦੀਆਂ ਸੀ, ਉਹ ਫਿਰ ਮੈਨੂੰ ਪਤਾ ਲੱਗਦਾ ਸੀ। ਨਹੀਂ, ਤੁਸੀਂ ਇਸ ਕਿਤਾਬ 'ਚ ਇੱਕ ਜ਼ਿਕਰ ਕੀਤਾ ਪੁਲਿਸ ਥਾਣੇ ਦਾ, ਪੁਲਿਸ ਥਾਣੇ ਦੇ ਵਿੱਚ ਤੁਸੀਂ ਇੱਦਾਂ ਹੀ ਦੱਸਿਆ ਕਿ ਮੁੰਡਿਆਂ ਦੇ ਜਿਹੜੇ ਸਿੱਖ ਮੁੰਡੇ ਸੀ ਉਹਨਾਂ ਨੂੰ ਪੁਲਿਸ ਮਾਰ ਰਹੀ ਸੀ ਅਤੇ ਪੁੱਛ ਰਹੀ ਸੀ ਕਿ ਪਿੰਡਰਾਂ ਵਾਲਾ ਕਹਾਂ ਹੈ, ਅਤੇ ਉੱਥੇ ਸ਼ੇਖਰ ਗੁਪਤਾ ਜਿਹੜੇ ਸੀਗੇ ਇੰਡੀਆ ਟੂਡੇ ਦੇ, ਉਹ ਵੀ ਖੜ੍ਹੇ ਸੀ, ਇਹ ਗੱਲ ਸੱਚ ਹੈ? ਨਹੀਂ, ਉਹ ਸੀ, ਉਹ ਮੈਨੂੰ ਦੱਸਿਆ ਪੀ ਪੀ ਐੱਸ ਗਿੱਲ ਨੇ ਸੀ, ਉਹ ਸ਼ਾਮ ਨੂੰ ਮਿਲਦੇ ਸੀ ਨਾ, ਪੀ ਪੀ ਐੱਸ ਗਿੱਲ ਮੈਨੂੰ ਦੱਸਿਆ, ਪੀ ਪੀ ਐੱਸ ਗਿੱਲ ਕਿ ਤੋਮਰ ਦੇ ਨਾਲ ਘਰ ਨੇੜੇ ਸੀ ਉਹਦਾ, ਸ਼ਾਮ ਨੂੰ ਅਸੀਂ ਮਿਲ ਜਾਂਦੇ ਸੀ, ਉਹਨੂੰ ਮਿਲ ਜਾਂਦੇ ਸੀ। ਠੀਕ ਹੈ, ਤਾਂ ਜਿਹੜੀ ਜਦੋਂ ਫਿਰ ਤੁਹਾਨੂੰ ਕਦੋਂ ਤੁਸੀਂ ਕਦੋਂ ਬਾਹਰ ਆਏ, ਮਤਲਬ ਕਿ ਤੁਸੀਂ ਉਹ ਆਪਣੇ ਕਮਰੇ ਜਿੱਥੇ ਤੁਸੀਂ ਬੈਠੇ ਸੀਗੇ ਮਜਬੂਰੀ ਬਸ, ਉੱਥੋਂ ਤੁਹਾਨੂੰ ਕਦੋਂ ਬਾਹਰ ਆਉਣ ਦਾ ਮੌਕਾ ਮਿਲਿਆ ਕਿ ਬਾਹਰ ਆ ਕੇ? ਕਰਫਿਊ ਦੇਖੋ, ਇਹਨਾਂ ਨੇ ਜਿਹੜਾ ਉਸ ਦਰਬਾਰ ਸਾਹਿਬ ਦੇ ਜਾ ਨਹੀਂ ਸੀ ਸਕਦੇ, ਆਰਮੀ ਤੋਂ ਪਾਸ ਓਪਰੇਸ਼ਨ ਲੈ ਕੇ ਅਸੀਂ ਮੇਰੇ ਖਿਆਲ ਮੈਂ ਤਾਂ ਡੇਟ 'ਚ ਲਿਖੀ ਹੋਣੀ ਹੈਗੀ ਆ। ਅੱਛਾ ਜੀ, 25 ਜੂਨ ਨੂੰ ਵੈਸੇ ਖੋਲ੍ਹਿਆ ਗਿਆ ਸੀ,
23 ਤਰੀਕ ਨੂੰ ਇੰਦਰ ਰਗਨ ਦੀ ਆਈ ਸੀ 25 ਤਰੀਕ ਚੌਕ 25 ਰੁਪਏ ਖੋਲਿਆ ਤਾਂ ਜੋ ਜੈਲ ਸਿੰਘ ਆਏ ਸੀ ਕਿ ਗੋਲੀ ਚੱਲੀ ਸੀ ਤੁਹਾਨੂੰ ਉਸ ਘਟਨਾ ਦਾ ਪਤਾ ਨਹੀਂ ਉਹ ਸੁਣੀ ਆ ਅੱਛਾ ਜੀ ਹਾਂ ਉਹ ਕਦੋਂ ਆਏ ਸੀਗੇ ਜੈਲ ਸਿੰਘ 8 ਤਰੀਕ ਨੂੰ ਆਏ 8 ਤਰੀਕ ਦੇਖੋ ਖਬਰਾਂ ਦਾ ਪਤਾ ਲੱਗ ਗਿਆ ਨਾ ਪੁਲਿਸ ਵਾਲੇ ਤਾਂ ਸਾਡੇ ਯਾਰ ਸੀ ਨਾ ਜਿਹੜਾ ਮੈਂ ਜਿਹੜੀ ਕਲੋਨੀ ਆ ਨਾ ਉਹ ਸਰਕਾਰੀ ਕਲੋਨੀ ਸੀ ਜੀ ਪੁਲਿਸ ਅਫਸਰ ਵੀ ਉੱਧਰ ਰਹਿੰਦੇ ਸੀ ਜੱਜ ਵੀ ਉਹ 'ਚ ਰਹਿੰਦੇ ਸੀ ਜੀ ਪੱਤਰਕਾਰ ਵੀ ਉਹ 'ਚ ਰਹਿੰਦੇ ਸੀ ਜੀ ਅਤੇ ਉਹ ਉਹਨਾਂ ਤੋਂ ਪੁਲਿਸ ਵਾਲੇ ਸਾਡੇ ਯਾਰ ਸੀ ਉਹਨਾਂ ਤੋਂ ਮਿਲਣ ਦਾ ਪਤਾ ਲੱਗ ਗਿਆ ਪਤਾ ਲੱਗਦਾ ਸੀਗਾ ਅਤੇ ਜਿਹੜੀ ਆਰਮੀ ਸੀ ਉਹਨੂੰ ਪੁਲਿਸ ਅਸਿਸਟ ਕਰ ਰਹੀ ਸੀ ਕਿਉਂਕਿ ਆਰਮੀ ਤਾਂ ਬਾਹਰੋਂ ਆਈ ਸੀ ਉਹਨਾਂ ਨੂੰ ਤਾਂ ਲੋਕਲ ਕੰਡੀਸ਼ਨਸ ਦਾ ਪਤਾ ਨਹੀਂ ਹੋਣਾ ਹੁਣ ਆਰਮੀ ਪੁਲਿਸ ਅਸਿਸਟ ਕਰਦੀ ਰਹੀ ਹੈ ਪੁਲਿਸ ਅਸਿਸਟ ਕਰ ਰਹੀ ਸੀ ਠੀਕ ਹੈ ਜੀ ਤਾਂ ਫਿਰ ਜਦੋਂ ਪੂਰੀ ਜਦੋਂ ਉੱਥੇ ਫੌਜ ਦਾ ਕਬਜ਼ਾ ਰਿਹਾ ਮਤਲਬ ਕਿ ਜਦੋਂ ਉਹ ਅੰਡਰ ਕੰਟਰੋਲ ਸੀਗਾ ਫੌਜ ਦੇ ਉੱਥੇ ਦਰਬਾਰ ਸਾਹਿਬ ਦੇ ਅੰਦਰ ਦਾ ਮਾਹੌਲ ਕੀ ਸੀਗਾ ਮਰਿਆਦਾ ਲਾਗੂ ਸੀ ਜਾਂ ਉੱਥੇ ਫੌਜ ਬੰਦ ਹੋ ਗਿਆ ਫਿਰ ਬੰਦ ਹੋ ਸਾਰਾ ਮਰਿਆਦਾ ਬੰਦ ਹੋ ਗਈ ਨਾ ਨਹੀਂ ਜਦੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ 8-25 ਤਰੀਕ ਨੂੰ ਖੁੱਲ੍ਹ ਗਿਆ ਜਦੋਂ ਇੱਕ ਵਾਰੀ ਨਹੀਂ 8 ਤਰੀਕ ਨੂੰ ਫਿਰ ਜਦੋਂ ਇਹਨਾਂ ਨੇ 8 ਤਰੀਕ ਤੋਂ ਸ਼ੁਰੂ ਕਰਤਾ ਸੀ ਨਿਤਨੇਮ ਵਾਲਾ ਸਾਰਾ ਹਾਂ ਉਹ 8 ਤਰੀਕ ਉਹਨਾਂ ਨੇ 6-7 ਉਹ ਕਿਹਾ ਮੇਰੀ ਫੇਰ ਪੜ੍ਹ ਦਿਓ ਉਹ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਠੀਕ ਹੈ ਜੀ ਤਾਂ ਉਹਦੇ ਵਿੱਚ ਜਿਹੜੀ ਜਿਹੜੀ ਆਰਮੀ ਸੀਗੀ ਉਹਨੂੰ ਉਹ ਆਮ ਲੋਕ ਜਾਂ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਨੂੰ ਕੁਛ ਕਹਿ ਰਹੀ ਸੀ ਜਾਂ ਸ਼ਰਧਾਲੂ ਆਰਮੀ ਨੂੰ ਕਿੱਦਾਂ ਦੇਖਦੇ ਆਰਮੀ ਆਮ ਸ਼ਰਧਾਲੂ ਗਏ ਨਹੀਂ ਉਹਨਾਂ ਨੇ ਇੱਕ ਜਿਹੜਾ ਦਰਬਾਰ ਸਾਹਿਬ ਦਾ ਸਟਾਫ ਸੀ ਨਾ ਗ੍ਰੰਥੀ ਸੀ ਰਾਗੀ ਸੀ ਉਹ ਦਰਬਾਰ ਸਾਹਿਬ ਦੇ ਆਸੇ ਪਾਸੇ ਜਿਹੜੇ ਬੰਨੇ ਕੁਆਟਰ ਬਣੇ ਨੇ ਉਹਦੇ ਸੀ ਸਾਰੇ ਉਹਨਾਂ ਨੂੰ ਲੈ ਕੇ ਆਏ ਉਹਨੂੰ ਲਾਏ ਉਹ ਪੁਲਿਸ ਵਾਲਿਆਂ ਨੂੰ ਪਤਾ ਸੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਲਾਏ ਨੇ ਉਹਦੇ 'ਚ ਮੈਂ ਇੰਟਰਵਿਊ ਪੜ੍ਹੀ ਆ ਨਾ ਉਹਦੀ ਗਿਆਨੀ ਸਾਹਿਬ ਸਿੰਘ ਹਾਂਜੀ 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 ਗਿਆਨੀ ਸਾਹਿਬ ਸਿੰਘ ਨੇ ਉਹਨੇ ਫਿਰ ਮਰਿਆਦਾ ਬਹਾਲ ਕੀਤੀ ਤਾਂ ਉਹ ਆਰਮੀ ਨੇ ਉਹਨਾਂ ਨੂੰ ਫੋਰਸ ਵੀ ਕੀਤਾ ਕਿ ਤੁਸੀਂ ਆਹ ਚੀਜ਼ ਲਿਖੋ ਜਾਂ ਸਾਈਨ ਕਰੋ ਇਸ ਕਿਸੇ ਗੱਲ 'ਤੇ ਨਹੀਂ ਉਹ ਉਹ ਜੋ ਲਿਖਿਆ ਉਹਨਾਂ ਨੇ ਲਿਖਿਆ ਉਹਨਾਂ ਨੇ ਉਹਨਾਂ ਨੇ ਜਿਹੜਾ ਬਿਆਨ ਸੀ ਟੀ ਵੀ ਤੇ ਸੀ ਇੱਕ ਜਥੇਦਾਰ ਅਕਾਲ ਤਖ਼ਤ ਜੀ ਕਿਰਪਾਲ ਸਿੰਘ ਹਾਂਜੀ ਇੱਕ ਉਹਦੇ 'ਤੇ ਬੜੀ ਕੰਟਰੋਵਰਸੀ ਹੋਈ ਸੀ ਅਤੇ ਇਹ ਥੋੜ੍ਹਾ ਜਿਹਾ ਕਸ਼ਮੀਰੀ ਪੰਡਿਤ ਹੈ ਗਿਆਨੀ ਸਾਹਿਬ ਸਿੰਘ ਜਿਹੜਾ ਕਸ਼ਮੀਰ ਦਾ ਹੈ ਪੰਡਿਤ ਅੱਛਾ ਜੀ ਅਤੇ ਇਹ ਥੋੜ੍ਹਾ ਇਹ ਫਿਰ ਦੂਜੇ ਜਣੇ ਨੇ ਉਹ 'ਤੇ ਕੰਟਰੋਵਰਸੀ ਉੱਥੇ ਸ਼ੁਰੂ ਹੋ ਗਈ ਸੀਗੀ ਉਹ ਪਹਿਲੇ ਦਿਨ ਮੈਂ ਬੋਲਿਆ ਸੀਗਾ ਗਿਆਨੀ ਸਾਹਿਬ ਸਿੰਘ ਗਿਆਨੀ ਕਿਰਪਾਲ ਸਿੰਘ ਇਹ ਫਿਰ ਦੂਜੇ ਦਿਨ ਫਿਰ ਬਚ ਕੇ ਬੋਲੇ ਸਰ ਪਹਿਲੇ ਦਿਨ ਉਹ ਕੀ ਬੋਲੇ ਸੀ ਉਹਨੇ ਬੋਲਿਆ ਉਹਨੇ ਉਹਦਾ ਜਿਕਰ ਉਹਨੇ ਕਿਹਾ ਕੋਟਲਾ ਸਾਹਿਬ ਠੀਕ ਹੈ ਕੋਟਲਾ ਸਾਹਿਬ ਜਿੱਥੇ ਸੀ ਦਰਬਾਰ ਸਾਹਿਬ ਦਾ ਜਿੱਥੇ ਸੁਖਾਸਨ ਹੁੰਦਾ ਸੀ ਸੁਖਾਸਨ ਹੁੰਦਾ ਉਹ ਠੀਕ ਸੀਗਾ ਉਹਦੇ ਨਾਲ ਕੋਟਲਾ ਸਾਹਿਬ ਠੀਕ ਹੈ ਬਾਕੀ ਜਿਹੜਾ ਹੈਗਾ ਉਹ ਤਾਂ ਦੱਸ ਦੇਣਾ ਵੀ ਬਾਕੀ ਇਨਸਾਨ ਪਹੁੰਚ ਤਾਂ ਉਹ ਉਹ ਉਹਨਾਂ ਨੇ ਆਰਮੀ ਦੇ ਦਬਾਅ 'ਚ ਦਿੱਤਾ ਸੀ ਬਿਆਨ ਉਹ ਕਹਿ ਨਹੀਂ ਸਕਦਾ ਮੈਂ ਨਹੀਂ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਅਤੇ ਬਾਅਦ 'ਚੋਂ ਵਾਪਸ ਲੈ ਲਿਆ ਬਿਆਨ ਫਿਰ ਉਹਨਾਂ ਨੇ ਨਹੀਂ ਵਾਪਸ ਨਹੀਂ ਲਿਆ ਉਹਨਾਂ ਨੇ ਕਿਤਾਬ ਲਿਖੀ ਆ ਇੱਕ ਅੱਖੀਂ ਡਿੱਠਾ ਉਹ ਪਕਸ ਕਿਤਾਬ ਛਾਪੀ ਹੈਗੀ ਆ ਭਾਈ ਚੇਤਰ ਸਿੰਘ ਜੀਵਨ ਸਿੰਘ ਨੇ ਜੀ ਉਹ ਕਿਤਾਬ ਤੁਹਾਨੂੰ ਮਿਲ ਜਾਏਗੀ ਜੀ ਤੁਸੀਂ ਅੰਮ੍ਰਿਤਸਰ ਵੀ ਕਿਸੇ ਦਿਨ ਜਾਏ ਠੀਕ ਹੈ ਠੀਕ ਹੈ ਜੀ ਤਾਂ ਫਿਰ ਜਦੋਂ ਉੱਥੇ ਜਦੋਂ ਅਕਾਲ ਤਖ਼ਤ ਸਾਹਿਬ ਦੇ ਦੁਆਰ ਤੋਂ ਉਸਾਰੀ ਕੀਤੀ ਜਾਂਦੀ ਹੈ ਜਾਂ ਜਦੋਂ ਸੰਗਤ ਵੱਲੋਂ ਫਿਰ ਢਾਇਆ ਜਾਂਦਾ ਫਿਰ ਬਣਾਇਆ ਜਾਂਦਾ ਉਹ ਸਾਰਾ ਪ੍ਰੋਸੈਸ ਕੀ ਸੀ ਉਹ ਤਾਂ ਫਿਰ ਜਿਹੜਾ ਨਾ ਇਹਨਾਂ ਨੇ ਦੇਖੋ ਇੰਦਰਾ ਗਾਂਧੀ ਨੇ ਪਿੱਛੋਂ ਬੂਟਾ ਸਿੰਘ ਦੀ ਡਿਊਟੀ ਲਾ ਕੇ ਉਹ ਜਿਹੜਾ ਅਕਾਲ ਤਖ਼ਤ ਜਿਹੜਾ ਢਾਇਆ ਸੀਗਾ ਪੂਰਨ ਸੀ ਢਾਇਆ ਹੋਇਆ ਸੀਗਾ ਫਾੜ ਫੂੜ ਪੈ ਗਏ ਸੀਗੇ ਉਹ ਜਿਹੜੀਆਂ ਠੀਕ ਰਾਤਾ ਸੀਗਾ ਅਤੇ ਜਿਹੜਾ ਹੈਗਾ ਇਹ ਇਹਨੇ ਜੋੜੇ ਨਹੀਂ ਦਿੰਦਾ ਸੀ ਅਸੀਂ ਜਦੋਂ ਉਹਨਾਂ ਨੂੰ ਛੱਡਿਆ ਵੀ ਅਸੀਂ ਇਹ ਟਾਪ ਸਾਨੂੰ ਉਹ ਮਨਜ਼ੂਰ ਨਹੀਂ ਸਰਕਾਰ ਨੇ ਜਿਹੜਾ ਇਹਦੀ ਮੁਰੰਮਤ ਕਰਾਈ ਆ ਅਸੀਂ ਢਾਕੇ ਨਹੀਂ ਉਹ ਪੁਰਾਣੇ ਸਟਰਕਚਰ ਦੀ ਕਰਾਤੀ ਸੀ ਜਾਂ ਪੁਰਾਣੇ ਸਟਰਕਚਰ ਦੀ ਮੁਰੰਮਤ ਕਰਾਈ ਸੀ ਜੀ
ਬੂਟਾ ਸਿੰਘ ਨੇ ਜੀ ਤੇ ਪੁਰਾਣਾ ਬਿਲਕੁਲ ਪੂਰਾ ਟੈਰੀਨ ਸੀ ਹੋਇਆ ਪੂਰਾ ਟੈਰੀਨ ਸੀ ਹੋਇਆ ਜਿਹੜਾ ਹੈਗਾ ਨਾ ਤਾਂ ਜਦੋਂ ਜਦੋਂ ਮੁਰੰਮਤ ਕਰਾਈ ਗਈ ਸੀ ਤਾਂ ਉਹ ਫਿਰ ਪੂਰਾ ਸਹੀ ਲੱਗਦਾ ਸੀ ਉਦੋਂ ਦੇਖਣ 'ਚ ਨਹੀਂ ਠੀਕ ਲੱਗਦਾ ਸੀ ਉਹ ਲੱਗਦਾ ਨਹੀਂ ਸੀ ਵੀ ਉਹ ਕੋਈ ਓਪਰੇਸ਼ਨ ਹੋਇਆ ਇੱਥੇ ਜਾਂ ਨਹੀਂ ਵੀ ਸਰ ਉਹ ਓਪਰੇਸ਼ਨ ਦਾ ਪਤਾ ਲੱਗਦਾ ਸੀ ਗੋਲੀਆਂ ਗਾਲੀਆਂ ਤੇ ਹੈਗੇ ਸੀਗੇ ਵੀ ਉਹਦਾ ਦਰਸ਼ਨ ਜੋੜੀ 'ਚ ਵੀ ਦਰਸ਼ਨ ਜੋੜੀ ਦੀ ਵੀ ਜਿਹੜਾ ਅੰਦਰ ਦਾਖਲ ਲੱਗਦੇ ਆ ਨਾ ਉਹ ਵੀ ਢਹਿ ਗਿਆ ਸੀਗਾ ਉਹ 'ਚ ਵੀ ਮਗੋਰੇ ਹੋ ਗਏ ਸੀ ਬੜੇ ਅੱਛਾ ਜੀ ਤਾਂ ਫਿਰ ਫਿਰ ਸੰਗਤ ਦਾ ਟੌੜਾ ਸਾਹਿਬ ਨੇ ਜਦੋਂ ਬਿਆਨ ਦਿੱਤਾ ਫਿਰ ਇਹ ਇਹ ਹੈ ਟੌੜਾ ਸਾਹਿਬ ਨੇ ਇੱਕ ਸਾਲ ਪਿੱਛੋਂ ਛੱਡਿਆ ਨਾ ਜਦੋਂ ਆਰਮੀ ਚਲੀ ਗਈ ਉੱਥੋਂ ਨਹੀਂ ਇਹਨਾਂ ਨੂੰ ਸਮਝੌਤਾ ਹੋ ਗਿਆ ਸਮਝੌਤਾ ਜਿਹੜਾ ਹੋਣਾ ਸੀ ਇੱਕ ਸਾਲ ਪਿੱਛੋਂ ਪਹਿਲਾਂ ਸੰਤ ਰੰਗਵਾਲ ਨੇ ਛੱਡਿਆ ਫਿਰ ਟੌੜੇ ਨੇ ਛੱਡਿਆ ਅਤੇ ਇਹਨੇ ਕਿਹਾ ਛੱਡਣ ਫਿਰ ਮੁੰਡਿਆਂ ਨੇ ਇਹਨਾਂ ਨੇ ਕਾਰ ਸੇਵਾ ਦਿੱਤੀ ਸੀਗੀ ਉਹਨੂੰ ਜਿਹੜਾ ਸੰਤਾ ਸਿੰਘ ਨੂੰ ਜਿਹੜਾ ਜਿਹੜਾ ਉਹ ਨਹੀਂ ਬਾਬਾ ਖੜਕ ਸਿੰਘ ਖੜਕ ਸਿੰਘ ਨੂੰ ਜੀ ਖੜਕ ਸੰਤਾ ਸਿੰਘ ਨੂੰ ਸੇਵਾ ਦਿੱਤੀ ਸੀਗੀ ਬੂਟਾ ਸਿੰਘ ਨੇ ਪਹਿਲਾਂ ਵਾਲੀ ਬਾਬਾ ਖੜਕ ਸਿੰਘ ਬਾਬਾ ਸੰਤਾ ਸਿੰਘ ਤਾਂ ਉੱਥੇ ਬੈਠਾ ਰਿਹਾ ਉਹਨੇ ਸੇਵਾ ਥੋੜ੍ਹੀ ਉੱਥੇ ਬੈਠਾ ਉਹਦਾ ਬਸ ਉਹ ਆਰਮੀ ਨੇ ਬਿਠਾਇਆ ਹੋਇਆ ਸੀ ਉਹਨਾਂ ਦੀ ਪ੍ਰੋਟੈਕਸ਼ਨ 'ਚ ਬੈਠਾ ਸੀ ਉਹਦਾ ਵੀ ਦਿਖਾਉਣ ਨੂੰ ਬਿਠਾਇਆ ਸੀਗਾ ਉਹਦਾ ਬੁਰਜ ਕਾਲੀ ਫੁੱਲਾ ਸਿੰਘ 'ਚ ਬੈਠਾ ਸੀਗਾ ਉਹ ਆਪਣੀ ਸਰਦਾਈ ਬਣਾ ਕੇ ਜੀ ਰਿਹਾ ਸੀ ਤਾਂ ਫਿਰ ਜਦੋਂ ਜਿਹੜਾ ਉਹ ਜਿਹੜੀ ਕਾਰ ਸੇਵਾ ਹੁੰਦੀ ਸੀ ਜਾਂ ਜਿਹਦੇ 'ਚ ਉਹ ਸਾਰਾ ਇੱਕ ਮਰਿਆਦਾ ਵੀ ਲਾਗੂ ਕੀਤੀ ਗਈ ਸੀ ਵੀ ਆਹ ਬੰਦਾ ਆਵੇ ਆ ਲੋਕ ਉੱਥੇ ਆਪ ਮੁਹਾਰੇ ਆਏ ਕਾਰ ਸੇਵਾ ਦੇ ਦੌਰਾਨ ਜਦੋਂ ਸਾਰੀ ਹੋ ਰਹੀ ਸੀ ਸਾਰੀ ਤਾਂ ਲੋਕ ਆਪ ਮੁਹਾਰੇ ਆਏ ਪਹਿਲਾਂ ਦੇਖੋ ਜਦੋਂ ਦਰਬਾਰ ਸਾਹਿਬ ਨਾ ਇਹਨਾਂ ਨੇ ਇਹਦੇ ਵਿੱਚ ਹੈਗਾ ਮੇਰਾ ਉਹ ਤੁਸੀਂ ਕਿਤਾਬ ਉਹਦੀ ਵੈਸੇ ਉਹਦੀ ਵੀ ਪੜ੍ਹੋ ਗਿਆਨੀ ਜਿਹੜਾ ਹੈਗਾ ਕਿਰਪਾਲ ਸਿੰਘ ਜੀ ਇਹਨਾਂ ਨੇ ਫਿਰ ਸਿਲੰਡਰ ਨੋਟਿਸ ਦਿੱਤਾ ਸੀ 2 ਅਕਤੂਬਰ ਤੱਕ ਤੁਸੀਂ ਨਹੀਂ ਕੀਤਾ ਅਸੀਂ ਸ਼ਹੀਦੀ ਜਿੱਥਾ ਜਾ ਕੇ ਅਸੀਂ ਜਾਵਾਂਗੇ ਅਸੀਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਵਾਂਗੇ ਅੱਛਾ ਜੀ ਅਤੇ 29 ਤਰੀਕ ਨੂੰ ਫਿਰ ਇਹਨਾਂ ਨੇ ਦਰਬਾਰ ਸਾਹਿਬ ਤੋਂ ਪੁਲਿਸ ਦਰਬਾਰ ਸਾਹਿਬ ਦੇ ਕੰਪਲੈਕਸ ਸਾਰੇ ਦਰਬਾਰ ਸਾਹਿਬ ਜੋ ਨੇ ਸਿਰਫ ਦਰਬਾਰ ਸਾਹਿਬ ਦੇ ਵਿੱਚੋਂ ਆਰਮੀ ਬੁਲਾ ਕਰ ਲਈ ਸੀ ਉਧਰਲੇ ਪਾਸੇ ਗੁਰੂ ਨਾਨਕ ਨਿਵਾਸ SCPC 'ਚ ਇੱਧਰ ਆਰਮੀ ਬੈਠੀ ਸੀ ਅਤੇ ਉਹ ਗਿਆਨੀ ਜੈਲ ਸਿੰਘ 2 ਤਰੀਕ 27 ਅਕਤੂਬਰ ਨੂੰ 27 ਸਤੰਬਰ ਨੂੰ ਕਿ 28 ਅਕਤੂਬਰ ਨੂੰ ਸਤੰਬਰ ਨੂੰ ਆਏ ਅਤੇ ਉਹ ਫਿਰ ਇਹਨਾਂ ਨੇ ਹੈਂਡਓਵਰ ਕੀਤਾ ਸਿੰਘ ਸਾਹਿਬ ਨੂੰ ਹੈਂਡਓਵਰ ਕਿਰਪਾਲ ਸਿੰਘ ਜੀ ਸੀਗੇ ਉਦੋਂ ਹਾਂ ਕਿਰਪਾਲ ਸਿੰਘ ਸੀ ਇਹਨਾਂ ਨੇ ਫਿਰ ਸੈਂਡ ਕਰਕੇ ਫਿਰ 2 ਤਰੀਕ ਤੋਂ ਫਿਰ ਨਾ ਇਹਨਾਂ ਨੇ ਸੇਵਾ ਦਿੱਤੀ ਗਾਰ ਸੇਵਾ ਦਿੱਤੀ ਉਹਦੀ ਸਰੋਵਰ ਦੀ ਸਰੋਵਰ ਦੀ ਸੇਵਾ ਦਿੱਤੀ ਉਹਨੂੰ ਸਫਾਈ ਕਰਨ ਦੀ ਉਹਨੂੰ ਦਿੱਤੀ ਜਿਹੜਾ ਹੈਗਾ ਬਾਬਾ ਖੜਕ ਸਿੰਘ ਉਹਦੇ ਵਿੱਚ ਫਿਰ ਬੰਦੇ ਸਾਰੇ ਆਏ ਸੀਗੇ ਗਿਆਨੀ ਕਿਰਪਾਲ ਅਤੇ ਜਨਰਲ ਅਰੋੜਾ ਜਨਰਲ ਅਰੋੜਾ ਵੀ ਆਇਆ ਸੀਗਾ ਆਪਣਾ ਹਰਬਖਸ਼ ਸਿੰਘ ਸਿੰਘ ਨਹੀਂ ਉਹ ਗੁਜਰਾਲ ਆਇਆ ਸੀ ਗੁਜਰਾਲ ਆਇਆ ਸੀ ਅਤੇ ਉਹ ਆਇਆ ਸੀਗਾ ਅਤੇ ਇਹ ਜਿਹੜੇ ਸੇਵਾ ਦੇ ਵਿੱਚ ਆਏ ਸੀਗੇ ਉਹ ਸੇਵਾ ਮੈਂ ਵੀ ਕੀਤੀ ਆ ਅਤੇ ਫਿਰ ਉਦੋਂ ਜਿਹੜਾ ਦਰਬਾਰ ਸਾਹਿਬ ਜਿਹੜਾ ਨਾ ਇਹਦੇ 'ਚ ਅਖੰਡ ਪਾਠ ਸ਼ੁਰੂ ਕੀਤਾ ਪਹਿਲਾ ਅਖੰਡ ਪਾਠ ਇਹਨੇ ਗਿਆਨੀ ਸਾਹਿਬ ਨੇ ਸਿੰਘ ਨੇ ਕਰਾਇਆ ਹਲਕੀ ਪੌੜੀ ਜੀ ਪਹਿਲਾ ਉਹਨੇ ਕਰਾਇਆ ਦੂਸਰਾ ਪਹਿਲਾ ਤੀਜੇ ਦਿਨ ਭੋਗ ਪੈਂਦਾ ਨਾ
ਦੂਜਾ ਜਿਹੜਾ ਅਖੰਡ ਪਾਠ ਹੈ ਉਹ ਮੈਂ ਕਰਾਇਆ। ਅੱਛਾ ਜੀ। ਉਹ ਮੈਂ ਕਰਾਇਆ ਤੇ ਫਿਰ ਉਹ ਚੱਲਦੀ ਚੱਲਦੀ ਫਿਰ ਲੜੀ ਜਿੱਦਾਂ ਸ਼ੁਰੂ ਹੋ ਗਈ। ਠੀਕ ਹੈ। ਇੱਕ ਵਾਰੀ ਮੈਂ ਥੋੜ੍ਹੀ ਦੇਰ ਗਿਆ ਸੀ ਪੂਜਾ ਦੇਖਣ, ਮੈਂ ਦੇਖ ਨਹੀਂ ਸਕਿਆ। ਉਹ ਕੁਲਦੀਪ ਨਈਅਰ ਮੇਰੇ ਟੀਚਰ ਨੇ, ਉਹ ਤੇ ਉਹਦੇ ਨਾਲ ਦਿੱਲੀ ਤੋਂ ਆਏ ਜਨਰਲ ਅਰੋੜਾ ਤੇ ਏਅਰ ਮਾਰਸ਼ਲ ਅਰਜਨ ਸਿੰਘ ਜੀ ਤੇ ਕੁਲਦੀਪ ਨਈਅਰ ਆਏ। ਉਹ ਮੈਨੂੰ ਨਾਲ ਲੈ ਗਏ। ਨਾਲ ਮੇਰਾ ਹੈਗਾ ਸੀਨੀਅਰ ਹੈ ਮੇਰਾ PPS ਗਿੱਲ, ਉਹਨੂੰ ਨਾਲ ਲੈ ਗਏ। ਉਹ ਜਾ ਕੇ ਅਸੀਂ ਬੜੇ ਸੀ ਪੂਰਾ ਉੱਥੇ ਦੇਖ ਨਹੀਂ ਸਕੇ ਪੂਰੀ ਤਰ੍ਹਾਂ। ਉਹਦੇ ਵਿੱਚ ਜਿਹੜਾ ਜਨਰਲ ਅਰੋੜਾ ਉਹਦਾ ਦੇ ਉਹਦੇ 'ਚ ਨਾ ਸੁਨਹਿਰੇ ਗੁੰਬਦ ਦਾ ਹਰਿਮੰਦਰ ਸਾਹਿਬ ਦਾ, ਉਹਨੂੰ ਵੀ ਤਿੰਨ ਚਾਰ ਗੋਲੀਆਂ ਲੱਗੀਆਂ। ਉਹਦੇ ਦੇਖਦੇ ਰਹੇ ਗੋਲੀ ਕਿੱਧਰੋਂ ਆਈ, ਉਹ ਦੇਖਦੇ ਰਹੇ। ਅਤੇ ਉਹ ਜਿਹੜਾ ਉਹ ਹੈਗਾ ਅਰਜਨ ਸਿੰਘ ਉਹ ਸਾਰਾ ਕੁਝ ਵੇਖ ਕੇ ਕਹਿੰਦਾ ਨਾ, ਉਹਨੇ ਕਚੇਚੀ ਵੱਟ ਕੇ ਕਹਿੰਦਾ ਜੀ ਕਰਦਾ ਬਾਹਮਣੀ ਵਿਰੁੱਧ ਬੰਦੂਕ ਚੁੱਕਦੀ ਹੈ। ਅੱਛਾ, ਇਹ ਅਰਜਨ ਸਿੰਘ ਨੇ ਕਿਹਾ? ਹਾਂ, ਇਹ ਬਾਹਮਣੀ ਵਿਰੁੱਧ ਬੰਦੂਕ ਚੁੱਕਦੀ ਹੈ। ਬਾਹਮਣੀ ਸਮਝ ਗਏ ਨਾ? ਜੀ ਜੀ, ਅਰਜਨ ਇੰਦਰਾ ਗਾਂਧੀ ਦੇ ਬਾਰੇ। ਇੰਦਰਾ ਗਾਂਧੀ ਬੰਦੂਕ ਚੁੱਕਦੀ, ਬਸ ਹੋਰ ਨੇ ਕੁਛ ਕਿਹਾ ਉਹਨੇ ਇਹਨੇ ਕਿਹਾ। ਅਤੇ ਅਸੀਂ ਬਸ ਮੁੜੇ ਫਿਰ ਮੁੜੇ। ਠੀਕ ਹੈ। ਮੈਂ ਉਸ ਤੋਂ ਪਿੱਛੋਂ ਦੇਖਿਆ ਵੀ ਜਦੋਂ ਦਰਬਾਰ ਸਾਹਿਬ ਖੁੱਲ੍ਹਿਆ ਉੱਧਰ, ਮੈਂ 23 ਉੱਧਰ ਮੈਂ ਗਿਆ, 24-25 ਨੂੰ ਗਿਆ, ਜੂਨ ਨੂੰ ਗਿਆ ਪਹਿਲੀ ਵਾਰੀ ਉੱਧਰ ਨੂੰ ਗਿਆ। ਤਾਂ ਜਿਹੜੀ ਆਰਮੀ ਡਿਪਲੋਏ ਸੀਗੀ ਉੱਥੇ, ਆਰਮੀ ਜਿਹੜੀ ਸੀਗੀ ਉਹ ਆਪਣੀ ਵਰਦੀ ਦੇ ਵਿੱਚ ਸੀ, ਬੂਟਾਂ ਦੇ ਨਾਲ ਸੀ ਜਾਂ ਨੰਗੇ ਪੈਰੀ ਸੀ, ਇਹ ਕਿੱਦਾਂ ਸੀ? ਨਹੀਂ, ਉਦੋਂ ਆਰਮੀ ਤਾਂ ਹੈ ਨਹੀਂ ਸੀ ਨਾ ਬੜਾ। ਆਰਮੀ ਜਦੋਂ ਪਹਿਲਾਂ ਗਈ ਸੀ ਜਾਂ ਗਿਆਨੀ ਗੈਰ ਸਿੰਘ ਜਾਂ ਦੂਜੇ ਆ ਜਾਂਦੇ ਰਹਿੰਦੇ ਹਾਂ, ਗਿਆਨੀ ਸਾਹਿਬ ਸਿੰਘ ਨੇ ਮੈਨੂੰ ਦੱਸਿਆ ਬੂਟਾਂ ਦੇ ਵਿੱਚ ਆਰਮੀ ਵਿੱਚ ਆਪਣੀ ਵਰਦੀ ਦੇ ਵਿੱਚ ਸੀਗੇ ਅਤੇ ਆਪਣੇ ਸਿਗਰਟਾਂ ਸੂਟਾਂ ਹੀ ਪੀਂਦੇ ਰਹਿੰਦੇ ਸੀ ਅੰਦਰ। ਹਾਂ, ਸਿਗਰਟਾਂ ਪੀਂਦੇ ਰਹਿੰਦੇ ਸੀ। ਤਾਂ ਫਿਰ ਜਦੋਂ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਦੌਰ ਆ ਜਾਂਦਾ, ਉਸ ਤੋਂ ਬਾਅਦ ਤੁਸੀਂ ਸਰਬੱਤ ਖਾਲਸਾ ਵੀ ਕਵਰ ਕੀਤਾ ਸੀਗਾ ਜਿਹੜਾ 26 ਜਨਵਰੀ 1986 ਵਾਲਾ? ਸਾਰੇ ਕੀਤੇ। ਉਦੋਂ ਕੀ ਮਾਹੌਲ ਸੀ ਲੋਕਾਂ ਦਾ? ਉਹ ਮਾਹੌਲ ਸੀਗਾ, ਫਿਰ ਉਹਨਾਂ ਨੇ ਕੈਪਚਰ ਕੀਤਾ ਗਿਆ ਸੀਗਾ। ਉਹ ਮੁੰਡਿਆਂ ਨੇ ਦਰਬਾਰ ਸਾਹਿਬ ਸਾਰਾ ਕੈਪਚਰ ਸਾਰਾ ਉਹਨਾਂ ਦੇ ਹੱਥ 'ਚ ਸੀਗਾ। ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਮਿਲ ਸੀ, ਮੁੰਡਿਆਂ ਦੇ ਹੱਥ ਸੀਗਾ। ਅਤੇ ਕੀ ਨਾਅਰੇ ਲੱਗ ਰਹੇ ਸੀ ਉੱਥੇ? ਉਹ ਖਾਲਸਾ ਜਿੱਦਾਂ ਬਾਅਦ ਉੱਦਾਂ ਦੀ ਰਾਜ ਕਰੇਗਾ ਖਾਲਸਾ ਪੰਨ। ਠੀਕ ਹੈ। ਇਹ SGPC ਨਦਾਰਤ ਸੀਗੀ ਉਹਦੇ 'ਚ? SGPC ਦੇ ਨਦਾਰਤ ਹੀ ਹੋ ਗਈ ਅਕਾਲੀ ਦਲ, ਸਾਰਾ ਕੁਛ ਪੰਜਾਬ ਪੁਲਿਸ ਸਾਰਾ ਕੁਛ ਨਦਾਰਤ। ਠੀਕ ਹੈ। ਤਾਂ ਜਿਹੜਾ ਫਿਰ ਮਿਲੀਟੈਂਸੀ ਦੇ ਦੌਰਾਨ ਤੁਸੀਂ ਕਿਸ ਕਿਸਮ ਨਾਲ ਦੇਖਿਆ ਕਿ ਜਿਹੜੇ ਫੇਕ ਇਨਕਾਊਂਟਰ ਜਾਂ ਜਿਹੜਾ ਕੋਈ ਬੱਸਾਂ 'ਚ ਹਿੰਦੂਆਂ ਨੂੰ ਮਾਰਨ ਵਾਲੀਆਂ ਘਟਨਾਵਾਂ ਜਾਂ ਫੇਕ ਇਨਕਾਊਂਟਰ, ਉਹ ਚੀਜ਼ਾਂ ਹੁੰਦੀਆਂ ਸੀ ਵਾਕਈ? ਹਾਂ, ਉਹ ਵੀ ਮੁੰਡੇ ਜਿਹੜਾ ਇਜ਼ਹਾਰ ਆਲਮ SSP ਸੀਗਾ ਅੰਮ੍ਰਿਤਸਰ ਦਾ, ਉਹਨੇ ਫੇਕ ਇਨਕਾਊਂਟਰ ਉਹਨੇ ਸ਼ੁਰੂ ਕੀਤੇ ਸੀਗੇ ਜੀ ਇਜ਼ਹਾਰ ਆਲਮ ਨੇ ਜੀ। ਉਹ ਫਿਰ ਇਨਕਾਊਂਟਰ ਤਾਂ ਬੜੇ ਹੁੰਦੇ ਨੇ, ਤੁਸੀਂ ਕਿਤਾਬ ਪੜ੍ਹੋਗੇ। ਅਤੇ ਇੱਕ ਵਾਰੀ ਤੁਸੀਂ ਦੱਸਿਆ ਕਿ ਤੁਹਾਨੂੰ ਵੀ ਜਿਹੜੇ ਖਾੜਕੂ ਸੀਗੇ ਉਹ ਮਾਰਨ ਆ ਗਏ ਸੀ, ਉਹ ਕੀ ਘਟਨਾ ਸੀ? ਨਹੀਂ, ਉਹ ਦੇਖੋ ਮੈਂ ਉਹ ਕਿਸੇ ਦੇ ਆਪ ਕੀ ਜਿਹੜਾ ਨਾ ਕਿਸੇ ਦੇ ਹੱਕ ਗ੍ਰੰਥੀ ਸੀਗਾ ਅੱਛਰ ਸਿੰਘ ਦਾ ਨਾਮ ਮੈਨੂੰ ਭੁੱਲ ਗਿਆ ਉਹਦਾ, ਜਗਜੀਤ ਸਿੰਘ ਸੀ ਉਹਦਾ ਰਿਪੋਰਟ ਸੀ ਅਜੀਤ ਦਾ, ਨਾ ਅਜੀਤ ਦਾ ਨਹੀਂ ਪੰਜਾਬ ਕੇਸਰੀ ਦਾ, ਉਹਨੂੰ ਮਾਰਤਾ ਸੀ ਉਹਦੇ ਮੈਂ ਹੱਕ, ਉਹ ਮੇਰਾ ਦੋਸਤ ਸੀਗਾ, ਮੈਂ ਉਹਦੇ ਹੱਕ 'ਚ ਲਿਖਤਾ ਸੀਗਾ ਉਹਦੇ 'ਚ ਹੀ ਛਪਿਆ। ਹਿੰਦ ਸਮਾਚਾਰ ਗਰੁੱਪ ਵਿੱਚ ਸਾਰਿਆਂ ਹਿੰਦ ਸਮਾਚਾਰ ਪੰਜਾਬ ਕੇਸਰੀ ਜਗਬਾਣੀ ਮੁੰਡੇ ਮੈਨੂੰ ਮਾਰਨ ਆ ਗਏ ਬਸ। ਅੱਛਾ ਜੀ। ਵੀ ਤੂੰ ਉਹਨਾਂ ਦੇ ਹੱਕ 'ਚ ਕਿਉਂ ਲਿਖਿਆ? ਤਾਂ ਫਿਰ ਕਿਵੇਂ ਬਚੇ ਤੁਸੀਂ? ਮੈਂ ਕੁਦਰਤੀ ਨਾ, ਮੈਂ ਅੰਦਰ ਮੈਂ ਜਿਹੜਾ ਮਕਾਨ ਸੀ ਨਾ ਖਾਲਸਾ ਕਾਲਜ ਸਾਹਮਣੇ ਕਿਰਾਏ 'ਤੇ ਰਹਿੰਦਾ ਸੀਗਾ, ਵੱਡਾ ਮਕਾਨ ਸੀਗਾ, ਮਾਲਕ ਮਕਾਨ ਵਿੱਚ ਰਹਿੰਦਾ ਸੀਗਾ। ਅਤੇ ਮੇਰੀ ਵਾਈਫ ਮੇਰੀ ਨਾ
कुदरती बाहर पानी लैन आई जी नौ बजे तो बाद दी गल है पानी बाहर का बंद हो गया सी नलके तो पानी लैन आई मुंडे देखे बाहर दो मुंडे कहीं बेटा बेटा कि तरह की गल काका कि कहें भंग सर मिलना कहीं तो आए नहीं आते दफ्तर ही नहीं कहीं की गल कहीं उन्होंने पैसन लगना कहीं मैं दे मैं दे दू कहीं उन्होंने तो समझा कहते नहीं फिर वह आए नहीं उन्हें इन्नी इन्नी मीन टाइम मेरा जो मालिक मकान से वह भी निकलिया बजुर्ग आदमी उस हल्के की जड़ी सी सुखमणी साहब सेवा सोसायटी वो प्रधान से वह कहते काका आए नहीं गए वो अजकल लेट आते हैं अज भी नहीं लेट हो गए अजकल कई बजे लेट आते हैं आए नहीं गए घर नहीं पर मुंडे मुड़ गए मैं फिर मैं सौ सौ गया भाई मेरी सुते नहीं सारे जागती रही पेर मुंडे आ जा मैं सवेरे उठते चिट्ठी सवेरे उठ के उठते जागते टाइप रखता करे सी चिट्ठी लिखी अपने एडिटर चिट्ठी लिखी उन्हें एडिटर ने मैं बुला लिया चंडीगढ़ बुला लिया तो मेरी बदली शिमले वो कहते तेरी बदली पटियाले कर दिया मैंने शिमले बदली करा तो जो तुम पटियाले से उत्थे भी मिलिटेंसी के साल तो चल ही रहे हाँ उतो भी मैं एक बब्बर जरा सुखदेव सिंह सुखदेव सिंह डब्बर एक बार फोन आया कोई खबर इन्होंने बेखबर पूरी ठीक नहीं जी मैंने वो कह तू ठीक खबर लिया कर मैं फिर दो गनमैन लाए एक महीना घर काम करता रहा फिर वो खाड़ू का एक लीडर से दिन जी लीडर से राही मैं मतलब कि जड़ी खबर से उन्हें खबर ठीक कर वो मैं खबर ठीक खबर से भी निम्मा मरा गया मैं टैलीफोन से खबर खाई भाई पुलिस दातियों के बावजूद भी चार पाँच हज़ार आदमी उ निमे भोग से पहुँच गया अच्छा निम्मा खाड़कू से हाँ मैं टैलीफोन से खबर खाई सी ना वो मुंडे ने जोड़ा मेरा ऑपरेटर से उन्हें 4,000-5,000 की थान वो 400 लिता अच्छा वो जो कंपनी आई थी मैंने वो फिर मैं पहले खबर गलत नहीं जाकर फिर मैं लिखती भी 5,000 खाड़कू लोग शामिल हुए उस पे पूरे अगले दिन क्लेरिफिकेशन देता दो अगले दिन 3-4 दिन बाद फिर वो आ गया उधर आ गया बस हम ठीक है भाई गन ख्याल रख ठीक है फिर बस फिर मैं महीने बाद तो जो सुखदेव बब्बर पटियाले तो फड़े गए थे यूनिवर्सिटी के कोलों तुसी उदों उत्थे सी नहीं मैं उदों अमृतसर तो जिहड़ा जिहड़ा पटियाले का माहौल सीगा वो अमृतसर तो किदां वख सी मिलिटेंसी दे पॉइंट ऑफ तो पटियाले का माहौल पंजाबी यूनिवर्सिटी खड़कू गढ़ से पूरा बनया सीगा ते उस बंदे कई प्रोफेसर एक दूसरे प्रोफेसर मारे गए थे रवि मुंडे मारे गए जो प्रोफेसर रवि का कतल होया तुसी उत्थे सी उत्थे सी मैं उस समय उत्थे सी तो वो कतल दी की कहानी है कहानी वो कॉमरेड सी कॉमरेडा का प्रचार थोड़ा करता सी यूनिवर्सिटी बिच अपनी क्लास बिच करता सी दोस्त ही मेरा मैं कोई कोई मिला मेरा दोस्त ही तुसी अपनी किताब च लिखिया कि जदों देवगौड़ा की गौरमेंट आई सी उदों मतलब कि कुछ खाड़कुआ ने सरेंडर की पेशकश की थी तुहानू पाकिस्तान तो फोन आया सी ओ की कहानी सी कौन सी खाड़कू ओ सी दल खालसा दा सी विजेंद्र सिंह जी ओ खबर मैं ओ ना जिहड़ा ए यादव तक हो गए सी ना हाईजैक ते एक ए मुशक भी करते सी बे ढिले ना पाई जान एक जन
खबर आ गई टीवी च भी एक जहाज हाईजैक हो गया खबर ते टीवी खबर आ गई असि जान लगे तो वो पुलिस वाले कहते भी मशक वास्ते फिर मैं फोन आया गजेंद्र सिंह गजेंद्र सिंह का गजेंद्र सिंह मैं उत्थे मिलया मैं गजेंद्र सिंह उत्थे भी मिलया पाकिस्तान मिले हाँ गजेंद्र सिंह जरा खाड़कू रेड जहाज के दोनों जहाजों के खाड़कू ने उन्होंने मैं लाहौर के लखपत जेल में भी मिलया अच्छा जी मैं कला बंदा जरा उन्होंने जेल में मिलया कौन कौन सी उ जेल च जेल से जरा पहला जहाज जरा वाले वास्ते अगवा होया फिर अद पिछे एक बार होर किया नहीं एक तो गजेंद्र सिंह होर कौन सी गजेंद्र सिंह सतनाम सिंह पौंटा साहब भी मिले हाँ पाकिस्तान का मुख बोर्ड है ना आईएस चला रही है आईएस चला रही है आईएसआई आईएस बंदे आर्मी के बंदे डेपूटेशन के आते हैं मैं इन्होंने कहा मेरे वक बन गए थे मैं कहा मैं मुंडे ने मिला दो वो फिर जी गजेंद्र सिंह की घरवाली सी इन्हें मैंने मिल जाना से गजेंद्र सिंह जी वो मैं गया गजेंद्र सिंह वाइफ के नाल अच्छा उन्होंने गया वो कुड़ी सी छोटी जी बच्ची छोटी बच्ची 10-11 साल की वो कुड़ी नाल गई वो सानू कहीं पूछा ही नहीं वो गए खोलता तो गए तो फिर साढ़े वास्ते शरबत आ गया खरबूजे आ गए अंब आ गए साढ़े वास्ते सेवा हुई थोड़ी पूरी साढ़ी सेवा पूरी सेवा हाँ जी तुम जियाउल हक न भी मिले हो कि उन्होंने की गलबात हुई है ना जियाउल तो पाकिस्तान गुरुद्वारे ने प्रबंध कर दिया भी गैस ला दो गैस उत्ते गैस कनैक्शन नहीं सीगा बई जड़ी जमीन है गुरुद्वारे की जमीन है वह जरा मदारा ने दी है बड़े थोड़े रेट दीती है वो ठीक रेट से दो इदा गुरुद्वारे के संबंध में पर जिम्मे दसा कि आई एस आई चला रही है तो जी मूवमेंट सी खाड़कू मूवमेंट इसनों पाकिस्तान तो किदा सपोर्ट मिलती सी बंदे उत्थे जाके रहिंदे सी ट्रेनिंग लेंदे सी की सी जो थानू जानकारी है नहीं जो कोई ट्रेनिंग लेंदे सी जिहड़े मुंडे भी सी जिहड़े हुण पाकिस्तान दा जिहड़ा रेडियो पाकिस्तान दा लाहौर है उत्थों इक प्रोग्राम हुंदा शाम नूं पंजाबी दा प्रोग्राम उह शुरू हुंदा सीगा बहरी जी खालसा बहरी जी की फतह ਖਾਲਸਾ ਦਾ ਪ੍ਰੋਪੇ ਉਹਨਾਂ ਕਰਦੇ ਸਾਰਾ ਉਹਨਾਂ ਨੇ ਪੱਕਾ ਪ੍ਰੋਗਰਾਮ ਚਲਾਇਆ ਹੋਇਆ ਸੀ ਹਾਂ ਉਹਦੇ ਵਿੱਚ ਜਿਹੜਾ ਨਾ ਆ ਜਿਹੜੀ ਮੇਰੀ ਕਿਤਾਬ ਆ ਨਾ 1985-86 ਵਿੱਚ ਇਹ ਸਾਰੀ ਕਿਤਾਬ ਉਹਦੇ ਵਿੱਚ ਪੜ੍ਹੀ ਗਈ ਸੀ ਉਹਦੇ ਵਿੱਚ ਉਸੇ ਪ੍ਰੋਗਰਾਮ 'ਚ ਉਸੇ ਪ੍ਰੋਗਰਾਮ ਉਹਦੇ 'ਚ ਪੜ੍ਹੀ ਗਈ ਸੀ ਇੱਕ ਵਾਰੀ ਮੈਂ ਗਿਆ ਨਾ ਉਸ ਪ੍ਰੋਗਰਾਮ ਦੀ ਜਿਹੜੀ ਹੋਸਟ ਸੀ ਕੰਪੀਅਰ ਸੀ ਉਸਨੇ ਮੈਨੂੰ ਖਾਣੇ 'ਚ ਬੁਲਾਇਆ ਸੀ ਅੱਛਾ ਖਾ ਲਿਆ ਜੀ ਮੈਂ ਖਾਣੇ 'ਚ ਬੁਲਾਇਆ ਸੀ ਅਤੇ ਉਹਦੇ ਖਾਣ 'ਤੇ ਮੈਂ ਜਾਗਿਆ ਜੀ ਜੀ ਤਾਂ ਜਿਹੜਾ ਕੇ ਪੀ ਐੱਸ ਗਿੱਲ ਦਾ ਦੌਰ ਹੈ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੇ ਪੀ ਐੱਸ ਗਿੱਲ ਦਾ ਤਾਂ ਉਹੀ ਉਹ ਮੁੰਡੇ ਫੜ ਫੜ ਕੇ ਮਾਰੇ ਨੇ ਤੁਸੀਂ ਇਹ ਵੀ ਲਿਖਿਆ ਕਿ ਬੇਅੰਤ ਸਿੰਘ ਖਾੜਕੂ ਨਾਲ ਗੱਲ ਕਰਨੀ ਚਾਹੁੰਦੇ ਸੀ ਹਾਂ ਕਰਨੀ ਚਾਹੁੰਦੇ ਸੀ ਮੈਨੂੰ ਨਾ ਸੁਖਬੀਰ ਸਿੰਘ ਨੇ ਮੇਰੇ ਸੁਖਬੀਰ ਸਿੰਘ ਮਰ ਗਏ ਉਹ ਚੌੜੇ ਦੇ ਕੇ ਬਾਦਲ ਦੇ ਨੇੜੇ ਬਹੁਤ ਨੇੜੇ ਸੀ ਉਹ ਕਹਿੰਦਾ ਬੇਅੰਤ ਸਿੰਘ ਨੂੰ ਕਹੇ ਵੀ ਮੁੰਡੇ ਬਹੁਤ ਮਾਰ ਲਏ ਹੁਣ ਮੁੰਡੇ ਮਾਰਨੇ ਬੰਦ ਕਰ ਦੇ ਮੁੰਡੇ ਨਾ ਹੋਰ ਮਾਰ ਅਤੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਬੇਅੰਤ ਸਿੰਘ ਦੇ ਨਾਲ
जी बैंत सिंह मैं मिले बैंत सिंह कहता इन्हों नहीं मैं कलिया नहीं गल करनी तू मेरे मुंडिया ना गल करनी करा दे मैं मुंडिया ना तो मेरी गल नहीं करा सकता इन्होंने करा सकता वो कहता फिर उन्हें एक कमेटी एक बनाती सी मुंडिया गलबात करने वास्ते उस कमेटी च कौन कौन सी एक सी ओ पी रतन सी प्रशासक सी हिमाचल हिमाचल फिर एम एल ए बन गया सी एक शायद उजागर सिंह सी पता नहीं दूजा नाम मैंने ना लिया तो जी 92 की इलेक्शन बाईकाट है वह तुम उन्होंने किदा देखते हो कि अकाली दल का रोल सेगा उस बाईकाट के कोई नहीं बाईकाट मुंडे तो डरद ने बाईकाट किया जे जे अकाली दल बाईकाट ना करते तो बेअंत सिंह नहीं सी सरकार बना सकता तो जी 91 की इलेक्शन कैंसलेशन है वह कांग्रेस वालों जान के की गई सी ये बेअंत सिंह ने कराई सी बेअंत सिंह ने फ्रॉड खेडिया एक दिन जिन कल वोटा पैनिया ने एक दिन पहले टी एन शेषन से जनरल मल्होत्रा उदो पंजाब का गवर्नर से वो उन्हें प्रोटेस्ट बिच इस्तीफा भी दिता ये बेअंत सिंह ने जरा कांग्रेस जरा नरसिम्हा राव हाँ जी ये इन पावर से उठासी मुख्यमंत्री प्राइम मिनिस्टर बनना इन्हू कह के इन्हें कैंसल कर ठीक है तो ये भी कहा जाता भी अकाली दल भी सीक्रेटली मिलया सेगा कि हाँ जी तुसी कैंसल कर दो भी अकाली दल भी लगता सी भी ये जिहड़ा रेडिकल धड़ा है वो आजूगा अगे तो जिहड़ा मॉडरेट अकाली दल है ये पिछे हो जूगा नहीं अच्छा ठीक है तो इस दौर दे विच जिहड़े एक तां पंजाब दे पत्रकार सीगे तां पंजाब तो बाहरले पत्रकार भी सीगे जिहड़े सारे दौर दे विच पंजाब दे विच काफ़ी समा आउंदे रहे या रहिंदे रहे उन्होंने कोई अपने तजर्बे लिखे होण तो तुहाडी जानकारी च होण नहीं शेखर रूपा ने काम कीता ब्रह्म चलन नहीं सीगा एक हैगा केड़ा चांद जोशी की है कुछ उदां उन्हें गलत लिखिया किताबां दो तीन लिखी ने गलत लिखिया जिहड़ा उन्हें किताब लिखी है ना इन्हें मार्क टली ते सतीश जैकब ने अमृतसर इंदिरा गांधी लास्ट बैटर हाँ जी वो किसी तक ठीक है एक हूँ मैं किताब है जी ठीक लगती है जो सिद्धू हाँ जी बी एस सिद्धू की किताब है ये ठीक लगती है ठीक है ठीक है बाकी किताबा तो माड़ा मोटा कोई एक लफ एक पक्ष ठीक है तीजा पक्ष गल तो जोड़ा महिला कोई महिला पत्रकार भी सी जिन्होंने उस ना सीधा की सिंह से उन्हें मुसलमान ने ब्याह करा लिया सी तलवीन सिंह तलवीन सिंह हाँ वह भी आते रही वह भी आते रहे वह भी आते रही काफ़ी आते रही काफ़ी आते रही देख भी दत्ता वह भी काफ़ी आता रहा ठीक है जी ठीक है तुसी इन्ने साल पत्रकारी की है इन्ना टाइम लाया कॉन्फ्लिक्ट दे टाइम भी पत्रकारी की है तो तुसी की सबक कढ़दे हो जिहड़े नवें पत्रकार ने हुण अज दीआं हालतां च कम कर रहे ने तुसी की उन्हां नूं कहना चाहोगे मशवरा की देना चाहोगे नवें पत्रकार तो यह है भी एक इन्हां नूं पुरानी हिस्ट्री दे नाल पुरानी पंजाब दी हिस्ट्री दे नाल जिवें जिहड़ा महाराजा रणजीत सिंह दा राज किवें गिआ पार्टीशन क्यों देश वंड कदों होई जी देश वंड च की कुछ होया जी ਪੰਜਾਬੀ ਸੂਬਾ ਕਿਉਂ ਬਣਿਆ ਹਿੰਦੂਆਂ ਨੇ ਕਿੱਦਾਂ ਉਹਨਾਂ ਨੂੰ ਰਿਜੈਕਟ ਕੀਤਾ ਬੋਲੀ ਨੂੰ ਬੋਲੀ 1991 ਤੇ 1950 ਦੀ ਉਹਦੇ ਕਰਕੇ ਹੀ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਇਹ ਜ਼ਰੂਰ ਨੌਲੇਜ ਹੋਣੀ ਚਾਹੀਦੀ ਆ ਇਹਨਾਂ ਬਾਰੇ ਨੌਲੇਜ ਹੋਣੀ ਚਾਹੀਦੀ ਆ ਠੀਕ ਹੈ ਠੀਕ ਹੈ ਤੁਹਾਡੀ ਚੁਸਤੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਮੇਰੀ ਚੁਸਤੇ ਸਾਰੀਆਂ ਗੱਲਾਂ ਹੈਗੀਆਂ ਨੇ ਤਾਂ ਹੁਣ ਤੁਸੀਂ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ ਪੰਜਾਬ ਤੇ ਬਰਬਾਦ ਆ ਹੁਣ ਪੰਜਾਬ ਦੀ ਲੋੜ ਹੈਗੀ ਆ ਬਈ ਇਹ ਐਜੂਕੇਸ਼ਨ ਅਤੇ ਇੱਥੇ ਇੱਕ
ਅਨਇੰਪਲਾਇਮੈਂਟ ਬਹੁਤ ਹੈ, ਬੇਰੁਜ਼ਗਾਰੀ ਬਹੁਤ ਹੈ, ਲੋਕਾਂ ਨੂੰ ਨੌਕਰੀਆਂ ਮਿਲ, ਮੁੰਡਿਆਂ ਨੂੰ ਪੜ੍ਹੇ ਲਿਖੇ ਨੇ ਨੌਕਰੀਆਂ ਮਿਲ। ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਸਾਡਾ 100 ਸਾਲ ਪਿੱਛੇ ਚਲਾ ਗਿਆ। ਠੀਕ ਹੈ, ਇਹ ਇਹਦੇ ਪਿੱਛੇ ਜਿਹੜਾ ਬਲੂ ਚਾਰਜ ਕੀਤੇ ਨੇ ਸਾਨੂੰ 100 ਸਾਲ ਪਿੱਛੇ ਕਰਤਾ ਜੀ। ਧੰਨਵਾਦ ਬਹੁਤ ਬਹੁਤ। ਇਹ ਸਨ ਹਰਵੀਰ ਸਿੰਘ ਭਵਰ, ਸੀਨੀਅਰ ਪੱਤਰਕਾਰ, ਜਿਨ੍ਹਾਂ ਨੇ ਆਪਣੇ ਜੋ ਨਿੱਜੀ ਤਜ਼ਰਬੇ ਨੇ ਪੱਤਰਕਾਰੀ ਦੇ ਲੰਬੇ ਇਤਿਹਾਸ 'ਚੋਂ, ਉਸ ਦੀਆਂ ਵੱਖ ਵੱਖ ਪਰਤਾਂ ਨੂੰ ਫਰੋਲਦਿਆਂ ਸਾਡੇ ਸਾਹਮਣੇ ਉਸ ਸਾਰੇ 4 ਦਹਾਕਿਆਂ ਦਾ ਇਤਿਹਾਸ ਜਿਹੜਾ ਹੈਗਾ ਆ ਸਾਡੇ ਸਾਹਮਣੇ ਰੱਖਿਆ। ਤਾਂ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਜਿਹੜੇ ਨਿੱਜੀ ਤਜ਼ਰਬੇ ਨੇ ਉਹ ਜੋ ਦਰਸ਼ਕਾਂ ਲਈ, ਸਾਡੇ ਲਈ ਸਿੱਖਣ ਲਈ ਬਹੁਤ ਸਾਰੇ ਸਬਕ ਨੇ, ਤਾਂ ਜੋ ਅਸੀਂ ਆਪਣੇ ਭਵਿੱਖ ਦੇ ਹਵਾਲੇ ਨਾਲ ਜਿਹੜੇ ਸਹੀ ਕਦਮ ਨੇ ਉਹ ਉਠਾ ਸਕੀਏ। ਧੰਨਵਾਦ।